ਮੁੱਖ ਮੰਤਰੀ ਭਗਵੰਤ ਮਾਨ ਨੇ 5758 ਨਵੀਂ ਐਂਬੂਲੈਂਸ ਦਾ ਉਦਘਾਟਨ ਜਦੋਂ ਕਰਨਾ ਸੀ ਤਾਂ ਉਸ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਬਾਰੇ ਚੋਣ ਲੜਨ ਦੇ ਫੈਸਲੇ ਦੇ ਉੱਤੇ ਜਵਾਬ ਦਿੱਤਾ। ਇਹ ਸਵਾਲ ਪੈਦਾ ਕਿਉਂ ਹੋਇਆ? ਆਖਰ ਇਹ ਸਵਾਲ ਉੱਠਿਆ ਕਿਉਂ ਕਿ વાਕਏ ਕਿ ਡਾਕਟਰ ਗੁਰਪ੍ਰੀਤ ਕੌਰ ਮਾਨ ਇਲੈਕਸ਼ਨ ਲੜ ਰਹੇ ਨੇ। ਹਾਲਾਂਕਿ ਇਹ ਚਰਚਾ ਮੁਣੀ ਨਹੀਂ ਚਾਹੀਦੀ ਕਿਉਂਕਿ ਮੁੱਖ ਮੰਤਰੀ ਦਾ ਪਰਿਵਾਰ ਆਪਣੇ ਆਪ ਵਿੱਚ ਸੀਐਮ ਹੁੰਦਾ। ਇਹ ਨਹੀਂ ਕਿ ਸਿਰਫ ਹੁਣ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣੇ ਨੇ ਤੇ ਆਪਾਂ ਗੱਲ ਕਰੇ ਜਿੰਨੇ ਵੀ ਚਾਹੇ ਕੈਪਟਨ ਮਿਰਿੰਦਰ ਸਿੰਘ ਸੀ ਜਾਂ ਚਰਜੀਤ ਸਿੰਘ ਚੰਨੀ ਹੋਣੀ ਬਣੇ ਨੇ 111 ਦਿਨ ਜਾਂ ਪ੍ਰਕਾਸ਼ ਸਿੰਘ ਬਾਦਲ ਸਾਰੇ ਪਰਿਵਾਰ ਹੀ ਉਹ ਮੁੱਖ ਮੰਤਰੀ ਦੇ ਤੌਰ ਤੇ ਉਹਨਾਂ ਨੂੰ ਸਟੇਟ ਦੇਖਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਉੱਠ ਕੇ ਚਲੇ ਵੀ ਗਏ ਸੀ ਪਰ ਜਾਂਦੇ ਜਾਂਦੇ ਕਿਸੇ ਜਰਨਲਿਸਟ ਨੇ ਸਵਾਲ ਪੁੱਛ ਲਿਆ ਔਰ ਉਹ ਆ ਕੇ ਫੇਰ ਬੈਠ ਗਏ ਕਿਉਂਕਿ ਉਹਨਾਂ ਨੂੰ ਲੱਗਾ ਕਿ ਸਵਾਲ ਦੇ ਚਰਚੇ ਬਹੁਤ ਹੋ ਜਾਣੇ ਨੇ ਇਹ ਵੀ ਜਾਂਦੇ ਜਾਂਦੇ ਕਹਿ ਸਕਦੇ ਕਿ নো ਕਮੈਂਟਸ ਪਰ ਉਹਨਾਂ ਬੈਠ ਕੇ ਤਸੱਲੀ ਬਖਸ਼ੀ ਜਿਹੜਾ ਜਵਾਬ ਦਿੱਤਾ ਹੈਗਾ ਕਿ ਨਹੀਂ ਚਰਚਾ ਤੇ ਵੀ ਹੈ ਕਿ ਬਾਹਰੋਂ ਲਿਆ ਕੇ ਵੀ ਕਿਸੇ ਨੂੰ ਚੋਣ ਲੜਾਈ ਜਾ ਸਕਦੀ ਜੇ ਕਿਸੇ ਨੂੰ ਬਾਹਰੋਂ ਲਿਆ ਕੇ ਚੋਣ ਲੜਾਈ ਜਾ ਸਕਦੀ ਹੈ ਸ਼ਾਇਦ ਉਹਨੂੰ ਰੋਕਣ ਵਾਸਤੇ ਫਿਰ ਇਹ ਵੀ ਹੋ ਸਕਦਾ ਹੈ ਕਿ ਡਾਕਟਰ ਗੁਰਪ੍ਰੀਤ ਕੌਰ ਮਾਨ ਉਹਨਾਂ ਦਾ ਇਹ ਨਾਮ ਚਰਚਾ ਦੇ ਵਿੱਚ ਆਇਆ ਹੈਗਾ ਜਦੋਂ ਆਪੋਜੀਸ਼ਨ ਦੇ ਵਿੱਚ ਹੁੰਦੇ ਹੋ ਜਾਂ ਸੱਤਾ ਤੋਂ ਬਾਹਰ ਹੁੰਦੇ ਹੋ ਤੇ ਤੁਸੀਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਤਲੁਕੀ ਮੰਨ ਲੈਂਦੇ ਨੇ ਪਰ ਜਦੋਂ ਤੁਸੀਂ ਸੱਤਾ ਦੇ ਵਿੱਚ ਆ ਜਾਂਦੇ ਤਾਂ ਤੁਹਾਡੀਆਂ ਬਹੁਤ ਸਾਰੀਆਂ ਮਜਬੂਰੀਆਂ ਪੈ ਜਾਂਦੀਆਂ ਹੈਗੀਆਂ ਅਕਾਲੀ ਦਲ ਕਾਂਗਰਸ ਨੂੰ ਬੜਾ ਭੰਡਿਆ ਰੱਜ ਕੇ ਭੰਡਿਆ ਇਹਨਾਂ ਕਿਸੇ ਨੇ ਨਹੀਂ ਭੰਡਿਆਗਾ ਜਿੰਨਾ ਇਹਨਾਂ ਨੇ ਭੰਡਿਆ ਤੇ ਨਿੰਦਿਆ ਹੈਨਾ ਹੁਣ ਉਹ ਚੀਜ਼ਾਂ ਇਹਨਾਂ ਤੇ ਹੋ ਰਹੀਆਂ ਨੇ ਇਹਨਾਂ ਨੇ ਕਿਹਾ ਸੀ ਕਿ ਅਸੀਂ ਕੋਠੀਆਂ ਲਈ ਲੈਣੀਆਂ ਫਿਰ ਕੋਠੀਆਂ ਤੇ 46-46 ਕਰੋੜ ਰੁਪਈਆ ਵੀ ਲੱਗਿਆ ਦਿੱਲੀ ਦੇ ਵਿੱਚ ਪ੍ਰੋਗਰਾਮ 16 ਨੇ ਸੱਚਵੇ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਧੂ ਕਾ ਪੰਜਾਬ ਦੇ ਪੱਖ ਦੇ ਮਸਲਿਆਂ ਦੇ ਉੱਤੇ ਗੱਲਬਾਤ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਨੇ 57 58 ਨਵੀਆਂ ਐਂਬੂਲੈਂਸ ਦਾ ਉਦਘਾਟਨ ਜਦੋਂ ਕਰਨਾ ਸੀ ਤਾਂ ਉਸ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਬਾਰੇ ਚੋਣ ਲੜਨ ਦੇ ਫੈਸਲੇ ਦੇ ਉੱਤੇ ਜਵਾਬ ਦਿੱਤਾ ਉਹ ਫੈਸਲਾ ਕੀ ਹੈ ਕਿ ਚਾਰ ਅਗਲੀਆਂ ਜ਼ਿਮਨੀ ਚੋਣਾਂ ਦੇ ਵਿੱਚੋਂ ਜਿਹੜੀ ਚੋਣ ਲੜਨ ਦੀ ਚਰਚਾ ਸੀ ਇਸ ਕਰਕੇ ਉਹ ਸਵਾਲ ਹੋਇਆ ਤਾਂ ਉਸ ਦਾ ਜਵਾਬ ਜਿਹੜਾ ਮੁੱਖ ਮੰਤਰੀ ਨੇ ਦਿੱਤਾ ਉਹ ਜਵਾਬ ਕੀ ਹੈ ਇਸ ਦੇ ਉੱਤੇ ਚਰਚਾ ਕਰਾਂਗੇ ਨਾਲ ਗੱਲ ਕਰਾਂਗੇ ਖੇਤੀਬਾੜੀ ਦੇ ਜਿਹੜੇ ਡਾਇਰੈਕਟਰ ਨੇ ਉਸ ਨੂੰ ਲੈ ਕੇ ਕਿ ਆ ਲਾਪਰਵਾਹੀ ਕਿੰਡੀ ਵੱਡੀ ਅੰਗੈਲੀ ਕਿੰਨੀ ਵਰਤਦੇ ਅਫਸਰ ਜਿਸ ਤੋਂ ਬਾਅਦ ਹੁਣ ਖੇਤੀਬਾੜੀ ਮੰਤਰੀ ਵੀ ਇਸ ਤਰ੍ਹਾਂ ਐਕਸ਼ਨ ਲੈਣ ਦੇ ਮੋੜ ਦੇ ਵਿੱਚ ਦਿਖਾਈ ਦੇ ਰਹੇ ਨੇ ਕਿ ਕਈ ਕਰੋੜਾ ਰੁਪਇਆ ਫੰਡ ਜਿਹੜਾ ਫਸਲੀ ਵਿਭਿੰਨਤਾ ਨੂੰ ਲੈ ਕੇ ਵਰਤਿਆ ਜਾਣਾ ਸੀ ਉਸ ਦੀ ਜਾਣਕਾਰੀ ਬਾਅਦ ਦੇਰੀ ਨਾਲ ਦਿੱਤੀ ਗਈ ਜਦੋਂ ਕਿ ਝੋਨੇ ਦੀ ਫਸਲ ਦੀ ਲਵਾਈ ਦਾ ਸੀਜ਼ਨ ਬਿਲਕੁਲ ਲਵਾਈ ਵਾਲਾ ਬਿਲਕੁਲ ਖਤਮ ਹੁੰਦਾ ਦਿਖਾਈ ਦੇ ਰਿਹਾ ਹੁਣ ਤੇ ਲਗਭਗ ਲਵਾਈ ਵੀ ਹੋ ਚੁੱਕੀ ਹੈ ਝੋਨੇ ਦੀ ਤਾਂ ਫਸਲੀ ਵਿਭਿੰਨਤਾ ਫਿਰ ਵਰਤਣੀ ਕਦੋਂ ਹੈ ਉਹ ਫੰਡ ਨੂੰ ਵਰਤਿਆ ਕਦੋਂ ਜਾਣਾ ਹੈ ਇਹ ਮਸਲਾ ਪੂਰਾ ਕੀ ਹੈ ਤੇ ਖੇਤੀਬਾੜੀ ਮੰਤਰੀ ਹੁਣ ਗੁਰਮੀਤ ਸਿੰਘ ਖੋਡੀਆਂ ਕੀ ਐਕਸ਼ਨ ਲੈ ਸਕਦੇ ਨੇ ਜਿਸ ਤੋਂ ਬਾਅਦ ਉਹਨਾਂ ਨੇ ਉਹਨਾਂ ਦੇ ਕੋਲ ਰਾਹ ਕੀ ਕੀ ਬਚਦੇ ਨੇ ਐਕਸ਼ਨ ਲੈਣ ਦੇ ਇਹ ਵੀ ਗੱਲ ਕਰਾਂਗੇ ਔਰ ਤੀਜਾ ਮਸਲਾ ਪੰਜਾਬ ਦੇ ਨਵੇਂ ਰਾਜਪਾਲ ਦੀ ਜਿਹੜੀ ਆਮਦ ਹੋ ਰਹੀ ਹੈ ਸੌ ਚੁੱਕ ਲੈਣੀ ਹੈ 31 ਜੁਲਾਈ ਨੂੰ ਉਹਨਾਂ ਤੋਂ ਆਸਾਂ ਕੀ ਰੱਖਿਆ ਜਾਣ ਔਰ ਪੁਰਾਣੇ ਰਾਜਪਾਲ ਬਨਵਾਰੀ لال ਪ੍ਰੋਹਿਤ ਪੁਰਾਣਾ ਸ਼ਬਦ ਉਹਨਾਂ ਨਾਲ ਤਾਂ ਵਰਤ ਰਹੇ ਆ ਕਿਉਂਕਿ ਇਸ ਤੋਂ ਬਾਅਦ ਨਵੇਂ ਆ ਨੇ ਥਾਂ ਲੈਣੀ ਹੈ ਔਰ ਮੁੱਖ ਮੰਤਰੀ ਦੇ ਨਾਲ ਜਿਹੜਾ ਰੇੜਕਾ ਚੱਲਦਾ ਰਿਹਾ ਉਸ ਦੇ ਬਾਰੇ ਉਹਨਾਂ ਨੇ ਜਿਹੜੇ ਲਾਂਬੇ ਦਿੱਤੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣੇ ਜਵਾਬ ਵੀ ਦਿੱਤੇ ਇਸ ਤੇ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਅ ਸਭ ਤੋਂ ਪਹਿਲਾ ਮਸਲਾ ਹੈ ਜੀ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਕਿਉਂਕਿ ਜਲੰਧਰ ਜ਼ਿਮਨੀ ਚੋਣ ਜਦੋਂ ਹੋਈ ਪਛਮੀ ਹਲਕੇ ਦੀ ਤਾਂ ਬੜੇ ਸਰਗਰਮ ਦਿਖਾਈ ਦਿੱਤੇ ਸਾਰੇ ਪਰਿਵਾਰ ਦੇ ਜੀ ਉਹਨਾਂ ਦੇ ਹੁਣ ਅੱਜ ਸਵਾਲ ਹੁੰਦਾ ਇੱਕ ਉਸ ਸਵਾਲ ਦੇ ਰੂਪ ਦੇ ਵਿੱਚ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਉਸ ਦੇ ਮਾਇਨੇ ਕੀ ਹੈ ਤੋ ਕੋ ਸੰਦੀਪ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸਵਾਲ ਪੈਦਾ ਕਿਉਂ ਹੋਇਆ ਆਖਰ ਇਹ ਸਵਾਲ ਉੱਠਿਆ ਕਿਉਂ ਤੇ ਕੀ ਵਾਕਏ ਕਿ ਡਾਕਟਰ ਗੁਰਪ੍ਰੀਤ ਕੌਰ ਮਾਨ ਇਲੈਕਸ਼ਨ ਲੜ ਰਹੇ ਨੇ ਹਾਲਾਂਕਿ ਇਹ ਚਰਚਾ ਹੋਣੀ ਨਹੀਂ ਚਾਹੀਦੀ ਕਿਉਂਕਿ ਮੁੱਖ ਮੰਤਰੀ ਦਾ ਪਰਿਵਾਰ ਆਪਣੇ ਆਪ ਵਿੱਚ ਸੀਐਮ ਹੁੰਦਾ ਚਾਹੇ ਉਹਨਾਂ ਦੇ ਪਰਪੈਣਪਰਾ ਹੋਣ ਪਰਿਵਾਰ ਦੇ ਵਿੱਚ ਜਿੰਨੇ ਵੀ ਮੈਂਬਰ ਉਹਦੇ ਲਗਭਗ ਉਹ ਮੁੱਖ ਮੰਤਰੀ ਹੀ ਹੁੰਦੇ ਨੇ ਉਹਨਾਂ ਨੂੰ ਤੁਸੀਂ ਉਸੇ ਨਜ਼ਰੀਏ ਦੇ ਨਾਲ ਦੇਖਦੇ ਇਹ ਨਹੀਂ ਕਿ ਸਿਰਫ ਹੁਣ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣੇ ਨੇ ਤੇ ਆਪਾਂ ਗੱਲ ਕਰੇ ਜਿੰਨੇ ਵੀ ਚਾਹੇ ਕੈਪਟਨ ਮਿਰਿੰਦਰ ਸਿੰਘ ਸੀ ਜਾਂ ਚਰਜੀਤ ਸਿੰਘ ਚੰਨੀ ਹੁਣੀ ਬਣੇ ਨੇ 111 ਦਿਨਾਂ ਜਾਂ ਪ੍ਰਕਾਸ਼ ਸਿੰਘ ਬਾਦਲ ਸਾਰੇ ਪਰਿਵਾਰ ਹੀ ਉਹ ਮੁੱਖ ਮੰਤਰੀ ਦੇ ਤੌਰ ਤੇ ਉਹਨਾਂ ਨੂੰ ਸਟੇਟ ਦੇਖਦਾ ਹੈ ਜਦ ਮੰਤਰੀ ਹੁੰਦੇ ਤੇ ਉਹਦੇ ਪਰਿਵਾਰ ਨੂੰ ਸਾਰੇ ਮੰਤਰੀ ਦੇ ਤੌਰ ਤੇ ਦੇਖਦੇ ਨੇ ਜੇ ਕੋਈ ਐਮਐਲਏ ਨੇ ਤੇ ਉਹਦੇ ਪਰਿਵਾਰ ਨੂੰ ਸਾਰੇ ਐਮਐਲਏ ਦੇ ਤੌਰ ਤੇ ਦੇਖਦੇ ਕਿਉਂ ਦੇਖਦੇ ਅੱਜਕੱਲ ਕਿਉਂਕਿ ਕੱਲੇ ਬੰਦੇ ਦੀ ਸਿਆਸਤ ਤੇ ਰਹਿ ਨਹੀਂ ਗਈ ਜੇ ਐਮਐਲਏ ਨੇ ਜੇ ਉਹਦੀ ਘਰ ਵਾਲੀ ਹੈ ਜੇ ਬੱਚੇ ਜਵਾਨ ਆ ਉਹਨਾਂ ਨੂੰ ਵੀ ਅੱਜਕੱਲ ਜੇ ਐਮਐਲਏ ਨਹੀਂ ਹੈਗਾ ਉਹਦੀ ਗੈਰ ਹਾਜ਼ਰੀ ਦੇ ਵਿੱਚ ਵਿਆਹ ਸ਼ਾਦੀਆਂ ਤੇ ਮਰਨੇ ਜੰਮਣੇ ਪ੍ਰੋਗਰਾਮ ਖੇਡ ਮੇਲੇ ਜਗਰਾਤੇ ਸਭਿਆਚਾਰ ਮੇਲੇ ਉਤੇ ਹਾਜ਼ਰੀ ਲਵਾਉਣੀ ਪੈਂਦੀ ਆ ਹੁਣ ਇਹ ਜਿਹੜਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਦੋਂ ਅੱਜ ਮੀਡੀਆ ਦੇ ਨਾਲ ਗੱਲਬਾਤ ਕਰੇ ਹਾਲਾਂਕਿ ਪ੍ਰੈਸ ਕਾਨਫਰੰਸ ਲਗਭਗ ਖਤਮ ਹੋ ਗਈ ਸੀ ਔਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਉੱਠ ਕੇ ਚਲੇ ਵੀ ਗਏ ਸੀ ਪਰ ਜਾਂਦੇ ਜਾਂਦੇ ਕਿਸੇ ਜਰਨਲਿਸਟ ਨੇ ਸਵਾਲ ਉੱਠਲੇ ਔਰ ਉਹ ਆਕੇ ਫਿਰ ਬੈਠ ਗਏ ਕਿਉਂਕਿ ਉਹਨਾਂ ਨੂੰ ਲੱਗਾ ਕਿ ਸਵਾਲ ਦੇ ਚਰਚੇ ਬਹੁਤ ਹੋ ਜਾਣੇ ਨੇ ਕਈ ਤਰ੍ਹਾਂ ਦੇ ਭਰਮ ਭਲੇਖੇ ਪੈ ਜਾਣੇ ਹਨ ਤੇ ਕਿਉਂ ਨਾ ਮੈਂ ਬੈਠ ਕੇ ਹੀ ਖੁੱਲ ਕੇ ਜਵਾਬ ਮਹਾਲਾ ਦੇ ਇਹ ਵੀ ਜਾਂਦੇ ਜਾਂਦੇ ਕਹਿ ਸਕਦੇ ਕਿ ਨੋ ਕਮੈਂਟਸ ਇਹ ਸਵਾਲ ਨਹੀਂ ਹੈ ਹੈਨਾ ਪਰ ਉਹਨਾਂ ਬੈਠ ਕੇ ਤਸੱਲੀ ਬਖਸ਼ ਜਿਹੜਾ ਜਵਾਬ ਦਿੱਤਾ ਹੈਗਾ ਕਿ ਨਹੀਂ ਹਾਂ ਠੀਕ ਹੈ ਕਿ ਉਹ ਡਾਕਟਰ ਗੁਰਪ੍ਰੀਤ ਕੌਰ ਮਾਨ ਹੁਣ ਇੱਕ ਮੁੱਖ ਮੰਤਰੀ ਦੇ ਵਾਈਫ ਨੇ ਔਰ ਉਹ ਵਿਚਰ ਰਹੇ ਨੇ ਔਰ ਪਹਿਲਾਂ ਵੀ ਜਿਹੜੇ ਮੁੱਖ ਮੰਤਰੀਆਂ ਦੀਆਂ ਪਤਨੀਆਂ ਰਹੀਆਂ ਨੇ ਉਹ ਵਿਚਰਦੀਆਂ ਰਹੀਆਂ ਨੇ ਜੀ ਚਾਹੇ ਉਹ ਪ੍ਰਨੀਤ ਕੌਰ ਹੁਣ ਕਿਉਂਕਿ ਮੈਂਬਰ ਪਾਰਲੀਮੈਂਟ ਰਹੇ ਨੇ ਜਾਂ ਜਦੋਂ ਬੀਬੀ ਸੁਰਿੰਦਰ ਕੌਰ ਬਾਦਲ ਹੁੰਦੇ ਸੀ ਜੋ ਪ੍ਰਕਾਸ਼ ਸਿੰਘ ਬਾਦਲ ਸਾਹਿਬ 1997 ਚ ਮੁੱਖ ਮੰਤਰੀ ਬਣੇ ਉਹ ਕਾਫੀ ਉਹਨਾਂ ਨੇ ਉਹਨਾਂ ਦੀਆਂ ਪ੍ਰੋਗਰਾਮਾਂ ਚ ਉਹਨਾਂ ਦੀ ਹਾਜ਼ਰੀਆਂ ਰਹੀਆਂ ਨੇ ਚਰੰਜਿਸ ਚੰਨੀ ਸਾਹਿਬ ਕਿਉਂਕਿ ਉਸ ਸਮੇਂ ਮੁੱਖ ਮੰਤਰੀ ਆ ਜਦੋਂ ਇਲੈਕਸ਼ਨ ਕੋਡ ਸੀ ਇਲੈਕਸ ਪੰਜਾਬ ਇਲੈਕਸ਼ਨ ਮੋਡ ਦੇ ਵਿੱਚ ਤੇ ਉਹਨਾਂ ਦੀ ਵਾਈਫ ਕਿਉਂਕਿ ਇੱਕ ਕਲਾਸ 1 ਆਫੀਸਰ ਸੀ ਡਾਕਟਰ ਸਨ ਐਮਡੀ ਸਨ ਉਹ ਨੀਂਦ ਨੇ ਵਿਚਰੇ ਗੇ ਬਾਕੀ ਮੰਤਰੀਆਂ ਦੀਆਂ ਪਤਨੀਆਂ ਤੇ ਅੱਜਕੱਲ੍ਹ ਜਾਂ ਐਮਐਲਏ ਦੀਆਂ ਪਤਨੀਆਂ ਵੀ ਬਹੁਤ ਜ਼ਿਆਦਾ ਵਿਚਰਦੀਆਂ ਨੇ ਕਈ ਤੇ ਐਮਐਲਏ ਮੰਤਰੀਆਂ ਦੀਆਂ ਪਤਨੀਆਂ ਤੇ ਸਟਾਰ ਕੰਪੇਨਰ ਦੇ ਤੌਰ ਤੇ ਵੀ ਪੰਜਾਬ ਚ ਐਸਟੈਬਲਿਸ਼ ਹੋ ਚੁੱਕੀਆਂ ਨੇ ਪਰ ਜਿਹੜਾ ਅੱਜ ਸੀਐਮ ਸਾਹਿਬ ਨੇ ਜਿਹੜੀਆਂ ਕਿਆਸ ਰਹੀਆਂ ਜਾਂ ਪਰ ਭਲੇਖੇ ਪੈਦਾ ਹੋ ਸਕਦੇ ਸੀ ਉਹ ਤੇ ਵਿਰਾਮ ਲਗਾ ਦਿੱਤਾ ਕਿ ਨਹੀਂ ਸਾਡਾ ਪਰਿਵਾਰ ਮੈਨੂੰ ਪਹਿਲੇ ਪੰਜਾਬ ਦੀ ਜਨਤਾ ਨੇ ਏਡੀ ਵੱਡੀ ਸੇਵਾ ਦਿੱਤੀ ਆ ਤੇ ਮੇਰੀ ਸੇਵਾ ਜਿਹੜੀ ਜਨਤਾ ਨੇ ਸੇਵਾ ਦਿੱਤੀ ਉਹ ਸੇਵਾ ਦੇ ਵਿੱਚ ਮੇਰਾ ਪਰਿਵਾਰ ਵੀ ਜੁੜਿਆਗਾ ਇਹ ਚਰਚਾ ਲਾਜ਼ਮੀ ਹੋ ਜਾਂਦੀ ਇਦਾਂ ਦੇ ਸਵਾਲ ਖੜੇ ਹੋ ਜਾਂਦੇ ਨੇ ਪੁੱਛੇ ਜਾਂਦੇ ਰਹੇ ਨੇ ਜਦੋਂ ਸੰਗਰੂਰ ਦੀ ਜਿਮਨੀ ਚੋਣ ਹੋਈ ਸੀ ਉਦੋਂ ਵੀ ਚਰਚਾ ਉੱਠ ਗਈ ਕਿ ਸ਼ਾਇਦ ਉਥੋਂ ਭਗਵੰਤ ਮਾਨ ਸਾਹਿਬ ਆਪਣੀ ਭੈਣ ਮਨਪ੍ਰੀਤ ਕੌਰ ਹੁਣ ਲੜਾ ਦੇਣ ਕਿਉਂਕਿ ਉਦੋਂ ਮਨਪ੍ਰੀਤ ਕੌਰ ਭੈਣ ਜੀ ਹੋਣੀ ਕਾਫੀ ਉਹਨਾਂ ਦੀਆਂ ਸਰਗਰਮੀਆਂ ਵੱਧ ਗਈਆਂ ਸੀ ਹੁਣ ਇਹ ਆ ਕਿ ਹੁਣ ਪੰਜਾਬ ਦੇ ਵਿੱਚ 4 ਅਸੈਂਬਲੀ ਸੀਟਾਂ ਤੇ ਵੋਟਾਂ ਪੈਣੀਆਂ ਨੇ ਦੇਖੋ ਜੇ ਚਰਚਾ ਜਾਂ ਸਵਾਲ ਜਿਹੜਾ ਹੈਗਾ ਉਹ ਤੇ ਸਿਰ ਬਰਨਾਲੇ ਦੇ ਨਾਲ ਰਿਲੇਟਡ ਹੋ ਸਕਦਾ ਕਿਉਂਕਿ ਬਰਨਾਲਾ ਵੀ ਸੰਗਰੂਰ ਦਾ ਹਿੱਸਾ ਰਿਹਾ ਸੰਗਰੂਰ ਦੀ ਸਿਆਸਤ ਬੜੀ ਮਸ਼ਹੂਰ ਰਹੀ ਹੈ ਗਿੱਦੜਬਾਹ ਜਾ ਕੇ ਤੇ ਲੜ ਨਹੀਂ ਸਕਦੇ ਚੱਬੇਵਾਲ ਰਿਜ਼ਰਵ ਸੀਟ ਹੈ ਤੇ ਡੇਰਾ ਬਾਬਾ ਨਾਨਕ ਤੇ ਬਿਵੈ ਸਵਾਲ ਨਹੀਂ ਪੈਦਾ ਹੁੰਦਾ ਬਰਨਾਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਸਵਾਲ ਪੁੱਛਿਆ ਗਿਆ ਹੋਊਗਾ ਕਿ ਕੀ ਡਾਕਟਰ ਗੁਰਪ੍ਰੀਤ ਕੌਰ ਮਾਨ ਹੋਣੀ ਇਲੈਕਸ਼ਨ ਲੜ ਸਕਦੇ ਹਾਲਾਂਕਿ ਸੀਐਮ ਸਾਹਿਬ ਨੇ ਇੱਕ ਹਵਾਲਾ ਦਿੱਤਾ ਪਹਿਲਾਂ ਵੀ ਸ਼ਾਇਦ ਕਿਸੇ ਮੀਡੀਆ ਪਰਸਨ ਨੇ ਗੱਲਬਾਤ ਕੀਤੀ ਸੀ ਡਾਕਟਰ ਗੁਰਪ੍ਰੀਤ ਕੌਰ ਮਾਨ ਉਹ ਕਹਿੰਦੇ ਕਿ ਦੇਖੋ ਜੇ ਡਾਕਟਰ ਹੈ ਕਿ ਵੀ ਤੁਸੀਂ ਸਮਾਜ ਦੀ ਸੇਵਾ ਕਰਦੇ ਹੋ ਔਰ ਸਿਆਸਤ ਦੇ ਵਿੱਚ ਆ ਕੇ ਵੀ ਤੁਸੀਂ ਸਮਾਜ ਦੀ ਸੇਵਾ ਕਰਨੀ ਹੈਗੇ ਨੇ ਹੁਣ ਅੱਜ ਦੇ ਤਰੀਕ ਦੇ ਦੇਤੇ ਨਾਲ ਅੱਜ ਦੀ ਤਰੀਕ ਦੇ ਹਿਸਾਬ ਦੇਤੇ ਨਾਲ ਨਹੀਂ ਲੱਗਦਾ ਕਿ ਡਾਕਟਰ ਗੁਰਪ੍ਰੀਤ ਕੌਰ ਮਾਨ ਹੋਣੀ ਜਾਂ ਮੈਂਬਰ ਪਾਰਲੀਮੈਂਟ ਜਾਂ ਐਮਐਲਏ ਉਹ ਬਣਨ ਦੀ ਕੋਈ ਇੱਛਾ ਰੱਖਦੇ ਨੇ ਪਰ ਉਹ ਵਿਚਰ ਕਾਫੀ ਰਹੀ ਨੇ ਔਰ ਮੈਨੂੰ ਲੱਗਾ ਕਿ ਬਹੁਤ ਸਾਰੇ ਇਹੋ ਜਿਹੇ ਸਮਾਗਮ ਹੁੰਦੇ ਨੇ ਜਿੱਥੇ ਅਕਸਰ ਹੀ ਜਿਹੜੇ ਪ੍ਰਬੰਧਕ ਹੁੰਦੇ ਨੇ ਜਿਹੜੇ ਮੁੱਖ ਮੰਤਰੀ ਨੂੰ ਬੁਲਾਉਣਾ ਚਾਹੁੰਦੇ ਉਥੇ ਅਗਰ ਡਾਕਟਰ ਗੁਰਪ੍ਰੀਤ ਕੌਰ ਮਾਨ ਜਾ ਰਹੇ ਨੇ ਤੇ ਇਹਦੇ ਚ ਕੋਈ ਗਨਾਹ ਨਹੀਂ ਪਰ ਇਹ ਸਵਾਲ ਖੜਾ ਕਿਉਂ ਹੋਇਆ ਇਹ ਸਭ ਤੋਂ ਇੱਕ ਵੱਡਾ ਸਵਾਲ ਹੈ ਹਾਲਾਂਕਿ ਜਲੰਧਰ ਦੇ ਵਿੱਚ ਉਹਨਾਂ ਨੇ ਬੜਾ ਖੁੱਲ ਕੇ ਪ੍ਰਚਾਰ ਕੀਤਾਗਾ ਗੁਰਪ੍ਰੀਤ ਕੌਰ ਮਾਨ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਨੇ ਲੋਕਾਂ ਦੇ ਨਾਲ 1 ਟੂ 1 ਕੀਤਾ ਡੋਰ ਟੂ ਡੋਰ ਜਾ ਕੇ ਕੀਤਾ ਘਰਾਂ ਦੇ ਵਿੱਚ ਗਏ ਨੇ ਨੈਕ ਟੂ ਨੈਕ ਉਹਨਾਂ ਨੇ ਉੱਥੇ ਬਾਈਟ ਲੜੀ ਹੈ ਜਿਹੜਾ ਜੇ ਆਮ ਆਦੀ ਪਾਰਟੀ ਉਤੋਂ 37235 ਵੋਟਾਂ ਦੇ ਨਾਲ ਜਿੱਤੀ ਹੈ ਉਹਦੇ 'ਚ ਡਾਕਟਰ ਗੁਰਪ੍ਰੀਤ ਕੌਰ ਮਾਨ ਦਾ ਵੀ ਜਿਹੜਾ ਯੋਗਦਾਨ ਦੇਖਿਆ ਜਾ ਰਿਹਾ ਹੈਗਾ ਸ਼ਾਇਦ ਇੰਨਾ ਜਿਆਦਾ ਹੁਣ ਵਿਚਰ ਰਹੇ ਨੇ ਇਸ ਕਰਕੇ ਲੱਗਦਾ ਹੋਇਆ ਕਿ ਕਿਤੇ ਗੁਰਪ੍ਰੀਤ ਕੌਰ ਮਾਨ ਭਵਿਕ ਚ ਚੋਣ ਤੇ ਨਹੀਂ ਲੜ ਰਹੇ ਹੁਣ ਇੱਕ ਪ੍ਰੋਗਰਾਮ ਹੈ ਸ਼ਾਇਦ ਭਲਕੇ ਜਾਂ ਪਰਸੋਂ ਆ ਧੂਰੀ ਦੇ ਵਿੱਚ ਅੱਖਾਂ ਨੂੰ ਲੈ ਕੇ ਕੈਂਪ ਲਗਾਇਆ ਜਾ ਰਿਹਾ ਨਾ ਉਹਦੇ ਚ ਵੀ ਡਾਕਟਰ ਗੁਰਪ੍ਰੀਤ ਕੌਰ ਮਾਨ ਹੋਣੀ ਮੁੱਖ ਮਹਿਮਾਨ ਤੇ ਜਿਹਦੇ ਚ ਬਾਲੀਵੁੱਡ ਐਕਟਰਸ ਸ਼ਿਲਪਾ ਸ਼ੇਟੀ ਆ ਰਹੇ ਨੇ ਤੇ ਹੁਣ ਉਹਨੂੰ ਵੀ ਚਰਚਾ ਨਾਲ ਜੋੜ ਕੇ ਦੇਖਿਆ ਜਾ ਸਕਦਾ ਹਾਲਾਂਕਿ ਧੂਰੀ ਤੇ ਉਹਨਾਂ ਦਾ ਆਪਣਾ ਹਲਕਾ ਨਾ ਜੀ ਜਦੋਂ ਭਗਵੰਤ ਸਿੰਘ ਸਾਬ੍ਹ ਮੁੱਖ ਮੰਤਰੀ ਬਣੇ ਨੇ ਪਰ ਸਿਆਸਤ ਦੇ ਵਿੱਚ ਅਗਰ ਪੋਲਿਟਿਸ਼ੀਅਨ ਜਿਹੜੇ ਐਮ ਐਲ ਏ ਜਾਂ ਮੰਤਰੀ ਉਹਨਾਂ ਦੀ ਅਗਰ ਪਤਨੀਆਂ ਅਗੇ ਸਿਆਸਤ ਕਰਦੇ ਹੁਣ ਕਰ ਰਹੀਆਂ ਨੇ ਇਨਡਾਇਰੈਕਟ ਵੇ ਦੇ ਨਾਲ ਤੇ ਜੇ ਡਾਇਰੈਕਟ ਵੇ ਨਾਲ ਅਗੇ ਸਿਆਸਤ ਤੇ ਵੀ ਕਰਨੀਆਂ ਤੇ ਕੋਈ ਮਾੜੀ ਗੱਲ ਹੀ ਹੁਣ ਮੰਨ ਲਓ ਕਿ ਚਰਚਾ ਤੇ ਵੀ ਹੈ ਕਿ ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਧਾਵਾ ਹੋਣੀ ਐਮਪੀ ਬਣ ਗਏ ਨੇ ਉਹ ਆਪਣੀ ਪਤਨੀ ਜਤਿੰਦਰ ਕੌਰ ਰੰਧਾਵਾ ਹੁਣਾਂ ਨੂੰ ਚੋਣ ਲੜਾਉਣਗੇ ਚਰਚਾ ਤੇ ਵੀ ਹੈ ਕਿ ਜੇ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਆਪਣੀ ਉਹਨਾਂ ਦੀ ਪਤਨੀ ਕਿਉਂਕਿ ਅਮਰਤਾ ਵੜਿੰਗ ਹੋਣੀ ਤਾਂ ਬਹੁਤ ਇੱਛਾ ਹੈਗੀ ਉਹਨਾਂ ਦੀ ਜਿਵੇਂ ਉਹ ਐਜ਼ ਏ ਪ੍ਰਚਾਰ ਦੇ ਵਿੱਚ ਰੁੱਝਦੇ ਨੇ ਆਪਣੇ ਹਲਕੇ ਚੋਂ ਬਾਹਰ ਜਾ ਕੇ ਵੀ ਉਹ ਪ੍ਰਚਾਰ ਕਰ ਜਾਂਦੇ ਨੇ ਗਿੱਦੜਬਾਹਤ ਕਰਦੇ ਰਹੇ ਹੈਗੇ ਨੇ ਔਰ ਫਿਰ ਅਬ ਜਦੋਂ ਬਠਿੰਡਾ ਚਰਚਾ ਸੀ ਕਿ ਉਸ ਵਾਰ ਬਠਿੰਡਾ ਤੋਂ ਲੜਨਗੇ ਉਹਨਾਂ ਲਗਭਗ 9 ਹਲਕਿਆਂ 'ਚ ਪ੍ਰਚਾਰ ਕੀਤਾ ਹੈ ਉਹ ਵੱਖਰੀ ਗੱਲ ਹੈ ਕਿ ਉਹ ਟਿਕਟੋਨਰ ਨਹੀਂ ਲੜੀ ਲੁਧਿਆਣੇ 'ਚ ਪ੍ਰਚਾਰ ਕੀਤਾ ਚਲੋ ਚੰਗੀ ਗੱਲ ਹੈ ਕਿ ਰਾਜਾ ਮਰਿੰਦਰ ਸਿੰਘ ਵੜਿੰਗੋਂ ਤੋਂ ਮੈਂਬਰ ਪਾਰਲੀਮੈਂਟ ਬਣ ਕੇ ਤੇ ਇਲੈਕਸ਼ਨ ਲੜੇ ਉਹਨਾਂ ਜਲੰਧਰ ਆ ਕੇ ਵੀ ਅਮਰਤਾ ਵੜਿੰਗੋਂ ਉਹਨਾਂ ਨੇ ਪ੍ਰਚਾਰ ਕੀਤਾ ਹੋ ਸਕਦਾ ਹੈ ਕਿ ਉਹ ਅਮਰਤਾ ਵੜਿੰਗੋਂ ਹੁਣੀ ਚੋਣ ਲੜਨ ਤੇ ਬਰਨਾਲੇ ਤੋਂ ਸਵਾਲ ਹੈ ਕਿ ਮੀਤ ਹੇਰੋ ਲੱਗਦਾ ਨਹੀਂ ਕਿ ਉਹ ਆਪਣੀ ਪਤਨੀ ਨੂੰ ਲੜਾਉਣਗੇ ਹਾਲੇ ਨਵਾਂ ਨਵਾਂ ਉਹਨਾਂ ਦਾ ਤਾਜ਼ਾ ਤਾਜ਼ਾ ਵਿਆਹ ਹੋਇਆ ਪਰ ਉਥੋਂ ਬਰਨਾਲੇ ਤੋਂ ਲੜੂਗਾ ਕੋਣਾ ਆਵਾ ਦੀ ਪਾਰਟੀ ਵੱਲੋਂ ਕੋਈ ਰખી ਦਲਬੀਰ ਗੋਲਡੀ ਨੂੰ ਚੋਣ ਲੜਾਈ ਜਾ ਸਕਦੀ ਹੈ ਜਾਂ ਚਰਚਾ ਤੇ ਵੀ ਹੈ ਕਿ ਮੀਰ ਹੀਰ ਦੇ ਨਾਲ ਇੱਕ ਬਹੁਤ ਉਹਦਾ ਸੁਜੋਗੀ ਸਾਥੀ ਉਹਦੀ ਇੱਛਾ ਉਸਦੀ ਜਾਂ ਕੋਈ ਬਾਹਰੋਂ ਲਿਆ ਕੇ ਕਿਸੇ ਨੂੰ ਚੋਣ ਲੜਾਈ ਜਾ ਸਕਦੀ ਹੈ ਚਰਚਾ ਤੇ ਵੀ ਹੈ ਕਿ ਬਾਹਰੋਂ ਲਿਆ ਕੇ ਵੀ ਕਿਸੇ ਨੂੰ ਚੋਣ ਲੜਾਈ ਜਾ ਸਕਦੀ ਜੇ ਕਿਸੇ ਨੂੰ ਬਾਹਰੋਂ ਲਿਆ ਕੇ ਚੋਂ ਲੜਾਈ ਜਾ ਸਕਦੀ ਹੈ ਸ਼ਾਇਦ ਉਹਨੂੰ ਰੋਕਣ ਵਾਸਤੇ ਫਿਰ ਇਹ ਵੀ ਹੋ ਸਕਦਾ ਹੈ ਕਿ ਡਾਕਟਰ ਗੁਰਪ੍ਰੀਤ ਕੌਰ ਮਾਨ ਹੋਣਾ ਦਾ ਇਹ ਨਾਮ ਚਰਚਾ ਦੇ ਵਿੱਚ ਆਇਆਗਾ ਪਰ ਉਹ ਜਿੰਨੀਆਂ ਚਰਚਾਵਾਂ ਨੇ ਕਿਆਸ ਰਾਈਆਂ ਨੇ ਜਾਂ ਸਿਆਸਤ ਵਿੱਚ ਇਦਾਂ ਦੇ ਭਰਮ ਭਲੇਖੇ ਰਹਿੰਦੇ ਨੇ ਤੇ ਜਾਂ ਅਜਿਹੇ ਸਵਾਲ ਹੁੰਦੇ ਨੇ ਉਹਨਾਂ ਸਵਾਲਾਂ ਤੇ ਸਾਰੀਆਂ ਚਰਚਾਵਾਂ ਤੇ ਕਿਆਸ ਰਾਈਆਂ ਤੇ ਫਿਲਹਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਬ੍ਰੇਕ ਲਾ ਦਿੱਤੀ ਲੇਕਿਨ ਅਗਰ ਉਹ ਸੀਐਮ ਸਾਹਿਬ ਆਪਣੀ ਜੀਵਨ ਸਾਥਣ ਨੂੰ ਇਲੈਕਸ਼ਨ ਲੜਾਉਂਦੇ ਨੇ ਫਿਰ ਹਲੇ ਤੱਕ ਆਮ ਆਦੀ ਪਾਰਟੀ ਦੇ ਵਿੱਚ ਉਹ ਪਰਿਵਾਰਵਾਦ ਨਹੀਂ ਦੇਖਣ ਨੂੰ ਮਿਲਿਆਗਾ ਕਿ ਟਿਕ ਟਗਾ ਦੀ ਗਾਂ ਕਿਸੇ ਨੂੰ ਮਿਲੂਗੀ ਪਰ ਫਿਰ ਇਹ ਨਾ ਕਿ ਜਿਵੇਂ ਕੱਲ ਹੀ ਪ੍ਰਕਾਸ਼ ਸਿੰਘ ਬਾਦਲ ਸੀਐਮਸੀ ਸੁਬੀਸ਼ ਸਿੰਘ ਬਾਦਲ ਡਿਪਟੀ ਸੀਐਮਸੀ ਹਰ ਸਿਮਿਤਕਾ ਔਰ ਬਾਦਲ ਐਮਪੀ ਹੀ ਸੈਂਟਰ ਦੇ ਵਿੱਚ ਵਜ਼ੀਰ ਹੈ ਹਨਾ ਮਤਲਬ ਇੱਕ ਟੱਬਰ ਕੋਲ ਤਿੰਨ ਤਿੰਨ ਕੁਰਸੀਆਂ ਇੱਕੋ ਘਰ ਦੇ ਵਿੱਚ ਇੱਕੋ ਵਿੜੇ ਦੇ ਵਿੱਚ ਨਾ ਉਹ ਫਿਰ ਉਹ ਸਵਾਲ ਬੜੇ ਖੜੇ ਹੋਣਗੇ ਸ਼ਾਇਦ ਉਹਨਾਂ ਲਾਂਭਿਆਂ ਤੋਂ

ਪਰ ਜਦੋਂ ਤੁਸੀਂ ਸੱਤਾ ਦੇ ਵਿੱਚ ਆ ਜਾਂਦੇ ਤਾਂ ਤੁਹਾਡੀਆਂ ਬਹੁਤ ਸਾਰੀਆਂ ਮਜਬੂਰੀਆਂ ਬਣ ਜਾਂਦੀਆਂ ਹੈਗੀਆਂ ਨੇ। ਉਹ ਉੱਥੇ ਸਵਾਲ ਖੜੇ ਹੁੰਦੇ ਨੇ ਕਿਉਂਕਿ ਆਮ ਆਦੀ ਪਾਰਟੀ ਵਾਲਿਆਂ ਨੇ ਵਿਰੋਧੀਆਂ ਨੂੰ ਮਤਲਬ ਅਕਾਲੀ ਦਲ ਕਾਂਗਰਸ ਨੂੰ ਬੜਾ ਭੰਡਿਆ ਰੱਜ ਕੇ ਭੰਡਿਆ ਇਹਨਾਂ ਕਿਸੇ ਨੇ ਨਹੀਂ ਭੰਡਿਆਗਾ ਜਿਨ੍ਹਾਂ ਇਹਨਾਂ ਨੇ ਭੰਡਿਆ ਤੇ ਨਿੰਦਿਆ ਹੈਨਾ ਹੁਣ ਉਹੋ ਚੀਜ਼ਾਂ ਇਹਨਾਂ ਤੇ ਹੋ ਰਹੀਆਂ ਨੇ ਕਿਉਂਕਿ ਉਦੋਂ ਇਹਨਾਂ ਨੇ ਕਿਹਾ ਸੀ ਕਿ ਅਸੀਂ ਕੋਠੀਆਂ ਲਈ ਲੈਣੀਆਂ ਫਿਰ ਕੋਠੀਆਂ ਤੇ 46-46 ਕਰੋੜ ਰੁਪਈਆ ਵੀ ਲੱਗਿਆ ਦਿੱਲੀ ਦੇ ਵਿੱਚ ਤਿੰਆ ਪੁੱਤਾਂ ਦੀਆਂ ਸੌਹਾਂ ਵੀ ਕਾਲੀਆਂ ਫਿਰ ਦੋ ਦੋ ਸਿਕਿਉਰਟੀਆਂ ਜੈਡ ਪਲੱਸ ਰੱਖ ਲਈਆਂ ਜਿਨ੍ਹਾਂ ਦੇ ਨਾਂ ਇੱਥੇ ਦਾਦਕੇ ਸੀ ਨਾ ਨਾਨਕੇ ਸੀ ਨਾ ਚਾਚੇ ਸੀ ਨਾ ਤਾਏ ਸੀ ਨਾ ਮਾਮੇ ਨਾ ਫੁੱਫੜ ਉਹਨਾਂ ਨੇ ਵੀ ਜੈਡ ਪਲੱਸ ਲੈ ਲਈ ਹੈਗੀ ਮੁਰਗੀ ਪਾਲਣ ਵਾਲੀ ਇਹ ਸਵਾਲ ਹੁੰਦੇ ਸੀ ਜੇ ਕਿਸੇ ਮੰਤਰੀ ਜਾਂ ਐਮਐਲਏ ਦੇ ਧੀ ਪੁੱਤ ਜਾਂ ਉਹਨਾਂ ਦੀ ਘਰ ਵਾਲੀ ਉਹ ਪ੍ਰਚਾਰ ਕਰਦੇ ਸੀ ਜਿਦੋਂ ਆਮ ਆਦਮੀ ਪਾਰਟੀ ਵਾਲੇ ਟੀਚਰਾਂ ਕਰਦੇ ਉਹ ਫਿਰ ਜਦੋਂ ਤੁਸੀਂ ਸਰਕਾਰ ਦੇ ਵਿੱਚ ਆ ਜਾਂਦੇ ਹੋ ਫਿਰ ਤੁਹਾਡੀਆਂ ਬਹੁਤ ਸਾਰੀਆਂ ਮਜਬੂਰੀਆਂ ਬਣ ਜਾਂਦੀਆਂ ਤੁਹਾਨੂੰ ਉਹੋ ਹੀ ਕੰਮ ਕਰਨੇ ਪੈਂਦੇ ਹੈਗੇ ਨੇ ਕਿਉਂਕਿ ਸੱਤਾ ਤੋਂ ਬਾਹਰ ਰਹਿ ਕੇ ਜਾਂ ਆਪੋਜੀਸ਼ਨ ਜੋ ਮਰਜ਼ੀ ਬੋਲੀ ਚਲੋ ਲੋਕਾਂ ਕਹਿੰਦੇ ਹਾਂ ਹਾਂ ਠੀਕ ਹੈ ਠੀਕ ਹੈ ਪਰ ਜਦੋਂ ਆਪ ਨਿਭਦਿਆਂ ਨੇ ਕਹਿੰਦੇ ਫਿਰ ਬੜਾ ਔਖਾ ਕੰਮ ਹੋ ਜਾਂਦਾ ਹੁਣ ਜੋ ਕੁਝ ਇਹਨਾਂ ਵਿਰਧੀਆਂ ਬਾਰੇ ਬੋਲਿਆ ਸੀ ਉਹ ਸਾਰਾ ਹੁਣ ਇਹਨਾਂ ਨੂੰ ਆਪਣੇ ਪਿੰਡੇ ਤੇ ਹੰਡਾਉਣਾ ਪੈ ਰਿਹਾਗਾ ਉਹੀ ਪਾਰਟੀਆਂ ਜਿੰਨਾਂ ਬਾਰੇ ਬੋਲਿਆ ਕਿ ਉਹ ਆਪਦੇ ਪੇਜਾਂ ਦੇ ਉੱਤੇ ਆਈਟੀ ਸੈੱਲ ਦੇ ਦੁਆਰਾ ਵੀਡੀਓ ਕੱਢ ਕੱਢ ਕੇ ਲਿਆਉਂਦੇ ਆ ਕਿਹਾ ਦੇਖੋ ਨਾਲ ਅੱਜ ਦੀ ਵੀਡੀਓ ਤੇ ਫਿਰ ਪਹਿਲਾਂ ਵਾਲੀ ਲਾਈ ਜਾਂਦੀ ਆ ਸਿਕਿਉਰਿਟੀ ਵਾਲੇ ਮਸਲੇ ਦੇ ਵਿੱਚ ਮੁਰਗੀ ਪਾਲਣ ਵਾਲੇ ਵਿੱਚ ਪਰ ਹੁਣ ਕਿਉਂਕਿ ਸੀਐਮ ਸਾਹਿਬ ਨੂੰ ਪਤਾ ਲੱਗ ਗਿਆ ਹੋਊਗਾ ਕਿ ਪੰਜਾਬ ਦੇ ਵਿੱਚ ਬਤੌਰ ਮੁੱਖ ਮੰਤਰੀ ਤੁਸੀਂ ਸਿਕਿਉਰਿਟੀ ਤੋਂ ਬਿਨਾਂ ਨਹੀਂ ਰਹਿ ਸਕਦੇ ਨਾ ਜੀ ਹੁਣ ਪਤਾ ਲੱਗਿਆ ਹੁਣ ਹੀ ਕਦੀ ਬੋਲਿਆਗਾ ਔਰ ਚੰਗੀ ਗ ਘਟੋ ਘਟ ਤੁਸੀਂ ਇੱਕ ਇੱਕ ਹੁੰਦਾ ਕਿ ਤੁਹਾਨੂੰ ਸਮਾ ਸਿਖਾਉਂਦਾ ਬਹੁਤ ਹੈ ਜਦੋਂ ਤੁਸੀਂ ਸਿਰ ਤੇ ਜ਼ਿੰਮੇਵਾਰੀ ਪੈਂਦੀ ਹੈ ਤੇ ਜ਼ਿੰਮੇਵਾਰੀਆਂ ਬਹੁਤ ਤੁਹਾਨੂੰ ਕੁਝ ਸਿਖਾਉਂਦੀਆਂ ਹੈਗੀਆਂ ਹੁਣ ਤੁਹਾਡੇ ਸਟੇਟ ਸਿਰ ਤੇ ਸਟੇਟ ਦੀ ਜ਼ਿੰਮੇਵਾਰੀ ਪਈ ਹੈ ਨਾ ਹੁਣ ਤੁਸੀਂ ਬਹੁਤ ਕੁਝ ਸਿੱਖਦੇ ਹੋ ਪਿੱਛੇ ਜੇ ਮੇਰੀ ਇੱਕ ਮੰਤਰੀ ਦੇ ਨਾਲ ਗੱਲ ਹੋਈ ਸੀ ਤੇ ਮੈਂ ਕਿਹਾ ਕੀ ਗੱਲ ਫਾਈਲਾਂ ਨਹੀਂ ਨਿਕਲਦੀਆਂ ਹੈਗੀਆਂ ਤੁਸੀਂ ਤਾਂ ਬੜਾ ਕੁਝ ਪਹਿਲਾਂ ਕਾਂਗਰਸ ਬਾਰੇ ਕਹਿੰਦੇ ਹੁੰਦੇ ਸੀ ਕਹਿੰਦਾ ਯਾਰ ਕਹਿਣਾ ਸੌਖਾ ਹੈਗਾ ਹੋਣ ਫਾਈਲਾਂ ਦੇਖਣ ਲੱਗਿਆ ਕਹਿੰਦੇ ਹੱਥ ਕੰਬਦੇ ਹੈਗੇ ਨੇ ਡਰ ਲੱਗਦਾ ਹੈਗਾ ਨਾ ਮਤਲ ਤੁਸੀਂ ਜਦੋਂ ਆਪੋਜੀਸ਼ਨ ਲੀਡਰ ਜੋ ਮਰਜ਼ੀ ਬੋਲ ਕੋ ਕਿ ਆਪਣਾ ਕੰਮ ਕੀ ਹੁੰਦਾ ਸਰਕਾਰ ਨੂੰ ਨਿੰਦਣਾ ਆਪੋਜੀਸ਼ਨ ਪਾਰਟੀ ਸਰਕਾਰ ਨੂੰ ਨਿੰਦਰੀਦ ਰਹੀ ਜਦੋਂ ਹੁਣ ਹੱਥਾਂ ਦੇ ਵਿੱਚ ਹਰਿਆ ਪੈਨ ਆ ਗਿਆ ਨਾ ਹਰਾ ਪੈਨ ਚਲਾਉਣ ਲੱਗਿਆ ਡਰ ਲੱਗਦਾ ਹੈਗਾ ਵੀ ਕਿਤੇ ਕੋਈ ਗੁਨਾਹ ਨਾ ਹੋ ਜਾਏ ਗਲਤੀ ਨਾ ਹੋ ਜਾਏ ਹੁਣ ਕਿਉਂ ਨਹੀਂ ਬਰੋਜ਼ਗਾਰਾਂ ਨੂੰ ਨੌਕਰੀ ਦਿੱਤੀ ਜਾਂਦੀ ਹੈਗੀ ਨਹੀਂ ਦਿੱਤੀ ਜਾ ਸਕਦੀ ਨਾ ਉਦੋਂ ਤੇ ਆਪਾਂ ਸਾਰਿਆਂ ਨੂੰ ਭੈਣਾ ਭਰਾ ਮਤਲ ਨਾ ਮੇਰੀ ਸੇ ਬਣਾ ਲਈ ਧਰਮ ਦੀ ਭੈਣ ਵੀ ਬਣਾ ਲਈ ਸੀ ਨਾ ਬੜਾ ਜੀਜੇ ਵੀ ਬਣਾ ਲਈ ਸੀ ਨਾ ਉਹ ਨਹੀਂ ਨਾ ਤੁਸੀਂ ਬਣਾ ਸਕਦੇ ਹੁਣ ਇਸ ਗੱਲ ਤੋਂ ਸ਼ਾਇਦ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਿ ਜੇ ਡਾਕਟਰ ਗੁਰਪ੍ਰੀਤ ਕੌਰ ਮਾਨ ਲੜਦੇ ਨੇ ਫਿਰ ਇੱਕ ਪਰਿਵਾਰਵਾਦ ਵਾਲਾ ਵੀ ਲੱਗ ਜਾਏਗਾ ਹੁਣ ਉਹਨਾਂ ਨੇ ਜਿਹੜੀ ਦਲੀਲ ਦਿੱਤੀ ਹੈਗੀ ਹੈ ਕਿ ਇਵੇਂ ਤੇ ਫਿਰ ਸਨੀਤਾ ਕੇਜਰੀਵਾਲ ਵੀ ਹੁਣ ਹਰਿਆਣੇ ਦੀਆਂ ਇਲੈਕਸ਼ਨਾਂ ਪ੍ਰਚਾਰ ਕਰੇ ਉਹਦਾ ਮਤਲਬ ਉਹ ਥੋੜਾ ਕਿਉਂ ਚੋਣ ਲੜ ਰਹੇ ਹੈਗੇ ਨੇ ਪਰ ਸਨੀਤਾ ਕੇਜਰੀਵਾਲ ਔਰ ਡਾਕਟਰ ਗੁਰਪ੍ਰੀਤ ਕੌਰ ਮਾਨ ਦੇ ਵਿੱਚ ਫਰਕ ਹੈ ਨਾ ਜੀ ਤੁਸੀਂ ਬਤੌਰ ਪੰਜਾਬ ਦੇ ਮੁੱਖ ਮੰਤਰੀ ਕੰਮ ਕਰ ਰਹੇ ਹੋ ਔਰ ਤੁਹਾਡੇ ਵਾਈਫ ਜਾ ਰਹੇ ਨੇ ਨਾ ਔਰ ਚੰਗੀ ਗੱਲ ਜਾਣਾ ਵੀ ਚਾਹੀਦਾ ਹੈ ਕਿਉਂਕਿ ਤੁਹਾਨੂੰ ਜ਼ਿੰਮੇਵਾਰੀ ਸਟੇਟ ਦੀ ਕੱਲ ਹੀ ਇਹਤ ਨਹੀਂ ਪਰਿਵਾਰ ਨੂੰ ਵੀ ਫਿਰ ਮਿਹਨਤ ਤੇ ਕਰਨੀ ਪੈਂਦੀ ਹੈ ਦੂਜੀ ਗੱਲ ਹੈ ਕਿ ਸ੍ਰੀਤਾ ਕੇਜਰੀਵਾਲ ਕਿਉਂਕਿ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਬੈਠੇ ਨੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਉਹ ਸਾਰੀ ਪਾਰਟੀ ਨੂੰ ਚਲਾਉ ਚਲਾ ਰਹੇ ਨੇ ਸਰਕਾਰ ਚਲਾ ਰਹੇ ਹੈਗੇ ਨੇ ਉਹ ਦੂਜੀ ਗੱਲ ਕਿਉਂਕਿ ਕੇਜਰੀਵਾਲ ਸਾਹਿਬ ਅਸਤੀਫਾ ਨਹੀਂ ਦੇ ਰਹੇ ਹੈਗੇ ਉਹਨਾਂ ਨੂੰ ਲੱਗਦਾ ਜੇ ਅਸਤੀਫਾ ਦੇਤਾ ਕੋਈ ਪੱਕੀ ਮਾਲਨਾ ਮਾਰ ਲੇ ਕੁਰਸੀ ਐਮ ਦੀ ਕੁਰਸੀ ਕੋਈ ਮਲਾਕਣਾ ਲਵੇ ਫਿਰ ਉਹਨੂੰ ਬੰਦੇ ਨੂੰ ਉਤਾਰਨਾ ਬੜਾ ਔਖਾ ਹੋਊਗਾ ਹੁਣ ਸਨੀਤਾ ਕੇਜਰੀਵਾਲ ਨੂੰ ਇੱਕ ਸਟਾਰ ਕੰਪੇਨਰ ਦੇ ਤੌਰ ਤੇ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਹਰਿਆਣੇ ਤੋਂ ਨਾ ਇਲੈਕਸ਼ਨ ਲੜਨ ਦੀ ਵੀ ਕੀ ਵੱਖਰੀ ਗੱਲ ਹੈ ਕਿ ਸਨੀਤਾ ਕੇਜਰੀਵਾਲ ਦੇ ਹਰਿਆਣੇ ਸੌਰੇ ਆ ਗਏ ਨੇ ਪਰ ਉਹ ਇਲੈਕਸ਼ਨ ਨਹੀਂ ਲੜਨਗੇ ਕਿਉਂਕਿ ਜਿੰਨਾ ਸੇਫ ਆਵਾਦੀ ਪਾਰਟੀ ਨੂੰ ਦਿੱਲੀ ਆ ਜਾਂ ਜਿੰਨਾ ਸੇਫ ਪੰਜਾਬ ਚ ਆਮ ਆਦਮੀ ਪਾਰਟੀ ਵਾਸਤੇ ਪੰਜਾਬ ਆ ਉਹਨਾਂ ਹਾਲੇ ਸਿਆਸਤ ਤੌਰ ਤੇ ਹਰਿਆਣਾ ਆਮ ਆਦਮੀ ਪਾਰਟੀ ਵਾਸਤੇ ਸੇਫ ਨਿਊ ਹੈ ਲੇਕਿਨ ਪ੍ਰਚਾਰ ਦੇ ਵਿੱਚ ਜਦੋਂ ਵੀ ਜਿਮਨੀ ਚੋਣਾਂ ਹੁੰਦੀਆਂ ਰਹੀਆਂ ਨੇ ਜਾਂ ਹੋਰ ਚੋਣਾਂ ਹੁੰਦੀਆਂ ਰਹੀਆਂ ਨੇ ਅੱਜ ਤੋਂ ਪਹਿਲਾਂ ਵੀ ਜਿਹੜੇ ਪੰਜਾਬ ਦੇ ਹੁਣ ਤੱਕ ਐਮ ਐਲ ਏ ਰਹੇ ਨੇ ਜਾਂ ਮੰਤਰੀ ਰਹੇ ਨੇ ਜਾਂ ਮੁੱਖ ਮੰਤਰੀ ਰਹੇ ਨੇ ਉਹਨਾਂ ਦੇ ਵੀ ਟੱਬਰ ਜਿਹੜਾ ਵੋ ਸਿੱਧੇ ਤੌਰ ਤੇ ਜਾਂ ਸਿੱਧੇ ਤੌਰ ਤੇ ਪੋਲਿਟਿਕਸ ਦਾ ਇੱਕ ਹਿੱਸਾ ਰਹੇ ਨੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਇੱਕ ਮੁੱਖ ਮੰਤਰੀ ਦੀ ਵਾਈਫ ਜਾਇ ਇੱਕ ਐਮਐਲਏ ਦੀ ਵਾਈਫ ਜਾਂ ਇੱਕ ਮੰਤਰੀ ਦੀ ਵਾਈਫ ਘਰ ਚ ਬੈਠ ਜਾਵੇ ਤੁਹਾਨੂੰ ਕੋਈ ਨਾ ਕੋਈ ਪ੍ਰੋਗਰਾਮਾਂ ਦੇ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਵਾਉਣੀ ਪੈਂਦੀ ਹੈਗੀ ਤੇ ਇਸ ਕਰਕੇ ਅਗਰ ਡਾਕਟਰ ਗੁਰਪ੍ਰੀਤ ਕੌਰ ਹੋਣੀ ਪਬਲਿਕ ਫੰਕਸ਼ਨਾਂ ਤੇ ਜਾ ਰਹੇ ਨੇ ਤੇ ਮੈਨੂੰ ਲੱਗਦਾ ਕਿ ਐਡਾ ਕੋਈ ਗੁਨਾਹ ਵੀ ਨਹੀਂ ਹੈਗਾ ਕਿ ਉਹ ਉਥੇ ਫੰਕਸ਼ਨ ਤੇ ਜਾ ਰਹੇ ਨੇ ਤੇ ਉਹ ਕੋਈ ਸਟੇਟ ਨੂੰ ਕੋਈ ਘਾਟਾ ਪੈ ਗਿਆ ਹੈਗਾ ਪਹਿਲਾਂ ਵੀ ਲੋਕ ਜਾਂਦੇ ਰਹੇ ਨੇ ਹੁਣ ਵੀ ਜਾ ਰਹੇ ਨੇ ਗਾਂ ਵੀ ਜਾਂਦੇ ਰਹਿਣਗੇ ਪਰ ਉਹ ਜਿਹੜਾ ਚੋਣਾ ਚੋਣ ਲੜਨ ਦਾ ਜਾਂ ਵੀ ਅੱਗੇ ਗਾਂ ਸਿਆਸਤ ਦੇ ਵਿੱਚ ਉਹ ਡਾਇਰੈਕਟ ਆਉਣਗੇ ਉਸ ਤੇ ਫਿਲਹਾਲ ਸੀਐਮ ਸਾਹਿਬ ਨੇ ਤੇ ਬ੍ਰੇਕ ਲਾ ਦਿੱਤੀ ਹੈ ਕਿ ਅਜਿਹਾ ਸਵਾਲ ਪੈਦਾ ਨਹੀਂ ਹੁੰਦਾ ਔਰ ਜ਼ਰੂਰੀ ਨਹੀਂ ਹੈ ਕਿ ਤੁਸੀਂ ਐਮਐਲਏ ਬਣ ਕੇ ਜਾਂ ਮੰਤਰੀ ਬਣ ਕੇ ਹੀ ਸਮਾਜ ਦੀ ਸੇਵਾ ਕਰ ਸਕਦੇ ਬਤੌਰ ਲੋਕੀ ਅਜੇ ਹਜ਼ਾਰਾਂ ਗਿਣਤੀ ਦੇ ਵਿੱਚ ਲੋਕ ਹੈ ਜਿਹੜੇ ਸਮਾਜ ਸੇਵੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ ਉਹ ਇੱਕ ਚੁਣੇ ਹੋਏ ਐਮਐਲਏ ਐਮਐਲਏ ਨਾਲੋਂ ਚੁਣੇ ਹੋਏ ਐਮਪੀ ਨਾਲੋਂ ਚੁਣੇ ਹੋਏ ਮੰਤਰੀ ਨਾਲੋਂ ਕਈ ਸਮਾਜ ਦੇ ਵਿੱਚ ਅਜਿਹੇ ਲੋਕ ਨੇ ਜਿਹੜਾ ਇਹਨਾਂ ਨਾਲੋਂ ਬਹੁਤ ਵਧੀਆ ਚੰਗਾ ਕੰਮ ਕਰ ਰਹੇ ਨੇ ਹੁਣ ਇੱਕ ਉਦਾਹਰਨ ਦੇ ਤੌਰ ਤੇ ਮੈਨੂੰ ਅੱਜ ਦੇ ਦੁਨੀਆ ਦੇ ਵਿੱਚ ਜਾਂ ਬਾਬਾ ਕਾਰਸੇ ਵਾਲੇ ਬਾਬਾ ਸੇਵਾ ਸਿੰਘ ਹੋਣੀ ਹੈ ਕੋਈ ਐਮਐਲਏ ਤਾਂ ਨਹੀਂ ਨਾ ਕੋਈ ਮੰਤਰੀ ਤਾਂ ਨਹੀਂ ਨਾ ਕੋਈ ਮੁੱਖ ਮੰਤਰੀ ਕੋਈ ਸਰਕਾਰ ਤੇ ਨਹੀਂ ਚੱਲਦੀ ਪਰ ਜਿਹੜਾ ਉਹਨਾਂ ਨੇ ਉਸ ਇਲਾਕੇ ਦੇ ਵਿੱਚ ਦੋ ਜਿਹੜੇ ਕੰਮ ਕੀਤੇ ਨੇ ਇੱਕ ਤੇ ਨਿਸ਼ਾਨੇ ਸਿੱਖੀ ਜਿਹੜੀ ਸੰਸਦ ਚ ਚਲਾਈ ਹੈ ਹੁਣ ਤੱਕ 1.5 200 ਬੱਚਾ ਆਰਮੀ ਦੇ ਵਿੱਚ ਬਤੌਰ ਆਫੀਸਰ ਰੈਂਕ ਦੇ ਵਿੱਚ ਸਿਲੈਕਟ ਹੋ ਚੁੱਕੇ ਨੇ ਜਿਹਨੂੰ ਆਪਾਂ ਕਹਿੰਦੇ ਕਿ ਐਨਡੀਏ ਤੋਂ ਬਾਅਦ ਬੱਚੇ ਜਿਹੜੇ ਲੈਫਟੀਨੈਂਟ ਭਰਤੀ ਹੁੰਦੇ ਨੇ ਨਾ ਦੂਜੀ ਗੱਲ ਉਹਨਾਂ ਨੇ ਦਰਖਤਾਂ ਦੇ ਰੁੱਖ ਰੁੱਖ ਇੰਨੇ ਜਿਆਦੇ ਲਾ ਦਿੱਤੇ ਨੇ ਦਰਖਤ ਇੰਨੇ ਜਿਆਦੇ ਲਾ ਦਿੱਤੇ ਮੈਨੂੰ ਲੱਗਦਾ ਕਿਹੜੀ ਸਰਕਾਰ ਨੇ ਐਡਾ ਵੱਡਾ ਕੰਮ ਕੀਤਾ ਕਿਹੜੀ ਸਰਕਾਰ ਨੇ ਰੁੱਖ ਲਾ ਦਿੱਤੇ ਹੈਗੇ ਨੇ ਐਮਐਲਏ ਬਣਨ ਤੋਂ ਮੰਤਰੀ ਬਣਨ ਤੋਂ ਵੀ ਤੁਸੀਂ ਬਹੁਤ ਸੋਹਣੇ ਕੰਮ ਕਰ ਸਕਦੇ ਹੋਗੇ ਪਰ ਦੇਖਦੇ ਆ ਕਿ ਅੱਜ ਤੇ ਕੋਈ ਇਹ ਸਵਾਲ ਦੀ ਰੈਲੇਵੈਂਸੀ ਨਹੀਂ ਸੀ ਲੇਕਿਨ ਫਿਰ ਵੀ ਮੁੱਖ ਮੰਤਰੀ ਨੇ ਖੁੱਲ ਕੇ ਜਵਾਬ ਦਿੱਤਾ ਹੈਗਾ ਨਹੀਂ ਤੇ ਉਸ ਜਵਾਬ ਤੋਂ ਉਹ ਭੱਜ ਵੀ ਸਕਦੇ ਸੀ ਜਾਂ ਗੱਲ ਗੋਲਮੋਲ ਵੀ ਕਰ ਸਕਦੇ ਸੀ ਜਾਂ ਕਹਿ ਦਿੰਦੇ ਨੋ ਕਮੈਂਟ ਕਹਿ ਕੇ ਵੀ ਉਹਨਾਂ ਦਾ ਸਰ ਸਕਦਾ ਸੀ ਲੇਕਿਨ ਉਹ ਕਹਿੰਿਆ ਕਿ ਨਹੀਂ ਇਹ ਸਵਾਲ ਪਰਿਵਾਰ ਤੇ ਉੱਠੇ ਆ ਗਏ ਨੇ ਕਿ ਸ਼ਾਇਦ ਮੈਡਮ ਗੁਰਪ੍ਰੀਤ ਕੌਰ ਮਾਨ ਉਹਨੀ ਖੁੱਲੇ ਤੌਰ ਤੇ ਸਿਆਸਤ ਦੇ ਵਿੱਚ ਵਿਚਰੇ ਨੇ ਕਿ ਸ਼ਾਇਦ ਕੱਲ ਨੂੰ ਬਰਨਾਲਾ ਨਾਲ ਕਿਤੇ ਲੜਨ ਉਹ ਜਿਹੜਾ ਉਹਨਾਂ ਨੇ ਘੱਟੋ-ਘੱਟ ਓਪੜ ਦਾ ਚੁੱਕ ਦਿੱਤਾ ਹੈਗਾ ਕਿ ਨਹੀਂ ਉਹ ਇਲੈਕਸ਼ਨ ਜਾਂ ਚੋਣ ਜਾਂ ਸਿਆਸਤ ਦੇ ਵਿੱਚ ਨਹੀਂ ਆਉਣਗੇ ਆ ਸੇਵਾ ਦੇ ਸਾਰਾ ਪਰਿਵਾਰ ਉਹ ਕਹਿੰਦੇ ਸਾਡਾ ਲੱਗਾ ਹੀ ਹੋਇਆ ਹੈ ਇੱਕ ਪਾਸੇ ਚਲੋ ਇਹ ਗਤੀਵਿਧੀਆਂ ਚਲਦੀਆਂ ਰਹਿਣੀਆਂ ਜਦੋਂ ਤੱਕ ਸਿਆਸਤ ਕਿਸੇ ਦੀ ਬਚੀ ਐ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਅੰਦਰ ਬਹੁਤੇ ਆ ਵਿੱਚੋਂ ਪਹਿਲੀ ਵਾਰੀ ਪੌੜੀਆਂ ਚੜੇ ਔਰ ਬਹੁਤੇ ਉਹ ਸੀ ਜਿਹੜੇ ਮੰਤਰੀ ਪਹਿਲੀ ਵਾਰੀ ਬਣਦੇ ਐ ਪਹਿਲੀ ਵਾਰੀ ਜਿੱਤ ਕੇ ਮੰਤਰੀ ਹੁਣ ਖੇਤੀਬਾੜੀ ਵਿਭਾਗ ਦੇ ਮੁੱਦਾ ਆ ਗਿਆ ਖੇਤੀਬਾੜੀ ਮੰਤਰੀ ਨੂੰ ਦੱਸਿਆ ਤੱਕ ਨਹੀਂ ਗਿਆ ਅਫਸਰਾਂ ਵੱਲੋਂ ਸਬੰਧਤ ਵੱਲੋਂ ਕਿ ਕਿਹੜਾ ਫੰਡ ਕਿਹੜੇ ਕੰਮ ਲਈ ਵਰਤਿਆ ਜਾ ਸਕਦਾ ਜਦੋਂ ਇੱਕ ਸੀਜ਼ਨ ਲੰਘ ਜਾਂਦਾ ਲਵਾਈ ਹੋ ਜਾਂਦੀ ਐ ਫਿਰ ਦੱਸਿਆ ਜਾਂਦਾ ਫਸਲੀ ਵਿਭਿੰਨਤਾ ਨੂੰ ਲੈ ਕੇ ਜੀ ਸਾਡੇ ਕੋਲੇ ਐ ਉਹ ਵੀ ਪਤਾ ਨਹੀਂ ਕਿਵੇਂ ਗੱਲ ਬਾਹਰ ਆ ਗਈ ਹੁਣ ਜਿਹੜੇ ਸਬੰਧ ਗੈਲੀਆਂ ਕਈ ਵਾਰਾਂ ਸਾਹਮਣੇ ਆਈਆਂ ਨੇ ਇਹ ਨਵੇਂਆਂ ਨੂੰ ਨਵੇਂ ਹੋਣ ਕਰਕੇ ਮੰਤਰੀਆਂ ਨੂੰ ਜਾਂ ਐਮਐਲਏ ਨੂੰ ਦੱਸ ਦੇ ਕੱਖ ਨਹੀਂ ਜਾਂ ਫਿਰ ਕੋਈ ਨਾ ਕੋਈ ਹੋਰ ਵਜ੍ਹਾ ਹੁੰਦੀ ਹੈ ਗੱਲਾਂ ਛਪਾਉਣ ਦੀ ਦੇਖੋ ਸੰਦੀਪ ਇੱਕ ਤੇ ਹੈ ਕਿ ਕੋਈ ਵੀ ਜਿਹੜਾ ਵਾ ਆਪਣੇ ਮਾਂ ਦੇ ਪੇਟ ਤੋਂ ਸਿੱਖ ਕੇ ਤੇ ਨਹੀਂ ਆਂਦਾਗਾ ਪਰ ਇੱਕ ਤਜਰਬਾ ਵੀ ਬਹੁਤ ਹੁੰਦਾ ਔਰ ਬੰਦਾ ਸਿੱਖ ਵੀ ਲੈਂਦਾਗਾ ਔਰ ਦੂਜੀ ਗੱਲ ਜਿਹੜਾ ਅਗਰ ਕਿਸਾਨੀ ਵਾਲਾ ਮਸਲਾ ਹੈਗਾ ਤੇ ਜੇ ਬੰਦਾ ਖੁਦ ਕਿਸਾਨ ਹੋਵੇ ਤੇ ਉਹਨੂੰ ਕੋਈ ਸਮੱਸਿਆ ਨਹੀਂ ਆਏਗੀ ਨਾ ਜੇ ਕੋਈ ਹੈਲਥ ਮੰਤਰੀ ਆ ਉਹ ਖੁਦ ਡਾਕਟਰ ਹੋਵੇ ਉਹਨੂੰ ਕੋਈ ਸਮੱਸਿਆ ਨਹੀਂ ਆ ਜੇ ਕੋਈ ਆਈਐਸ ਅਫਸਰ ਰਟਾਇਰ ਹੋ ਕੇ ਐਮਐਲਏ ਮੰਤਰੀ ਹੋਵੇ ਉਹਨੂੰ ਕੋਈ ਸਮੱਸਿਆ ਨਹੀਂ ਆ ਪਰ ਆ ਜਿਹੜਾ ਪੰਜਾਬ ਦਾ ਬਹੁਤ ਵੱਡਾ ਮਸਲਾ ਹੈ ਕਿ ਜਿਹੜਾ ਫਸਲੀ ਚੱਕਰ ਚੋਂ ਕਿਸਾਨਾਂ ਨੂੰ ਬਾਹਰ ਕੱਢਣ ਵਾਸਤੇ ਜਿਹੜਾ ਕਰੋੜਾਂ ਰੁਪਏ ਜਿਹੜੇ ਖੂ ਖਾਤੇ ਪਾ ਦਿੱਤੇ ਹੈਗੇ ਇਹਦੇ ਵਾਸਤੇ ਮੈਨੂੰ ਲੱਗਦਾ ਹੈ ਕਿ ਖੇਤੀਬਾੜੀ ਮੰਤਰੀ ਬਹੁਤ ਜ਼ਿੰਮੇਵਾਰ ਹੈ ਔਰ ਦੋਸ਼ੀ ਆ ਤੁਸੀਂ ਹੁਣ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਖਬਰਾਂ ਸਪਸ਼ਟ ਹੋ ਗਈਆਂ ਕਹਿੰਦੇ ਕਿ ਮੈਂ ਡਾਇਰੈਕਟਰ ਦੀ ਜਵਾਬ ਤਲਬੀ ਕਰਾਂਗਾ ਮੈਨੂੰ ਲੱਗਦਾ ਹੈ ਕਿ ਇਹੋ ਜਿਹੇ ਡਾਇਰੈਕਟਰ ਨੂੰ ਰੱਖਣਾ ਨਹੀਂ ਨਹੀਂ ਚਾਹੀਦਾ ਕਿਉਂਕਿ ਸਾਡੀ ਜਿਹੜੀ ਝੋਨਾ ਫਸਲ ਨਹੀਂ ਸੀ ਪੰਜਾਬ ਦੀ ਇਸ ਝੋਨੇ ਨੇ ਸਾਨੂੰ ਇੱਕ ਲੱਤ ਲਾ ਦਿੱਤੀ ਕਿਸਾਨਾਂ ਨੂੰ ਅਮਲੀ ਬਣਾ ਦਿੱਤਾ ਗਿਆ ਸਾਡੀ ਧਰਤੀ ਨੂੰ ਅਮਲੀ ਬਣਾ ਦਿੱਤਾ ਗਿਆ ਝੋਨੇ ਤੋਂ ਬਿਨਾਂ ਅਸੀਂ ਚੌਲਾਂ ਤੋਂ ਬਿਨਾਂ ਹੁਣ ਰਹਿ ਨਹੀਂ ਸਕਦੇ ਪੰਜਾਬ ਦਾ ਪਾਣੀ ਬਰਬਾਦ ਹੋਇਆ ਵਾਤਾਵਰਨ ਬਰਬਾਦ ਹੋਇਆ ਔਰ ਸਾਨੂੰ ਇੰਨਾ ਕੁਝ ਬਰਬਾਦ ਕਰਨ ਦੇ ਬਾਵਜੂਦ ਸੈਂਟਰ ਨੇ ਕੀ ਦਿੱਤਾ ਹੈਗਾ ਠੂਠਾ ਨਾ ਅਜੇ ਸੀ ਸਾਡੇ ਜਦ ਝੋਨਾ ਫਸਲ ਨਹੀਂ ਅਸੀਂ ਲੋਕਾਂ ਦਾ ਢਿੱਡ ਭਰਨ ਵਾਸਤੇ ਆਹੀਂ ਪਾਣੀ ਬਰਬਾਦ ਕਰ ਲਿਆ ਆਪਣਾ ਵਾਤਾਵਰਣ ਬਰਬਾਦ ਕਰ ਲਿਆ ਹੁਣ ਕਿਸਾਨ ਉਸ ਫਸਲੀ ਚੱਕਰ ਚੋਂ ਬਾਹਰ ਨਿਕਲਣ ਤਿਆਰ ਪਰ ਗੱਲ ਹੈ ਕਿ ਬਾਕੀ ਜਿਹੜੀ ਅਸੀਂ ਵਾਰ-ਵਾਰ ਮੈਨੂੰ ਲੱਗਦਾ 20-22 ਸਾਲ ਦੇ ਮੈਨੂੰ ਹੋ ਗਏ ਕਿ ਫਸਲੀ ਵਿਭਿੰਨਤਾ ਫਸਲੀ ਵਿਭਿੰਨਤਾ ਡਾਇਵਰਸਿਫਿਕੇਸ਼ਨ ਇਹ ਤਿੰਨ ਸ਼ਬਦ ਮੈਂ ਸੁਣਦਾ ਆ ਰਿਹਾ ਘਸ ਗਏ ਨੇ ਕਾਰਵਾਈ ਨਹੀਂ ਕੋਈ ਕਿਉਂਕਿ ਕਿਸਾਨ ਐਕਸਪੈਰੀਮੈਂਟ ਕਰ ਲੈਣਗੇ ਔਰ ਪੰਜਾਬ ਦਾ ਕਿਸਾਨ ਦਾ ਦੁਨੀਆ ਦੇ ਵਿੱਚ ਵੀ ਇਸ ਪੰਜਾਬ ਦੇ ਕਿਸਾਨਾਂ ਦਾ ਕੋਈ ਮੁਕਾਬਨਾ ਮੁਕਾਬਲਾ ਨਹੀਂ ਕੋਈ ਸਾਨੀ ਹੈ ਨਹੀਂ ਆ ਇਹਦੇ ਟਿੱਬਿਆਂ 'ਚ ਜਾ ਕੇ ਵੀ ਕਣਕ ਝੋਨਾ ਵੀ ਸàiਦੇ ਨੇ ਮੱਧ ਪ੍ਰਦੇਸ਼ ਨੂੰ ਹਰੀਆਲੀ ਅਸੀਂ ਕਰਦਾ ਤਰਾਈ ਦਾ ਏਰੀਆ ਅਸੀਂ ਹਰੀਆਲੀ ਕਰਤਾ ਪੰਜਾਬ ਦੇ ਕਿਸਾਨਾਂ ਨੇ ਹੁਣ ਸਵਾਲ ਹੈ ਕਿ ਕਿਸਾਨ ਤੇ ਫਸਲੀ ਚੱਕਰ ਚੋਂ ਨਿਕਲੋ ਕਣਕ ਝੋਨੇ ਦੇ ਚੱਕਰ ਚੋਂ ਬਾਹਰ ਨਿਕਲ ਆਊਗਾ ਪਰ ਉਹਦੇ ਨਾਲ ਕੀ ਕਿ ਬਾਅਦ ਜਿਹੜੀਆਂ ਫਸਲਾਂ ਬੀਜਦਾ ਪੰਜਾਬ ਦੇ ਕਿਸਾਨਾਂ ਨੇ ਗੰਨਾ ਬੀਜਿਆ ਭਾਈ ਗੰਨਾ ਰੋਲਦਾ ਆਲੂ ਬੀਜਦੇ ਆਲੂ ਰੋਲ ਜਾਂਦਾ ਟਮਾਟਰ ਬੀਜਦੇ ਟਮਾਟਰ ਰੋਲ ਜਾਂਦੇ ਤੇ ਮਟਰ ਬੀਜਦੇ ਮਟਰ ਰੋਲ ਜਾਂਦੇ ਕਿੰਨੇ ਕਰੂਗਾ ਕਿ ਦਾਣਾਬੀ ਦੇ ਸਰਕਾਰ ਫਿਰ ਐਮਐਸਪੀ ਨਹੀਂ ਦਿੰਦੀ ਫਿਰ ਤਾਂ ਚੁਟਕੀਆਂ ਵੀ ਬੰਦ ਹੋ ਜਾਂਦੀਆਂ ਨਾ ਹੁਣ ਇਹ ਜਿਹੜਾ ਸੈਂਟਰ ਸਰਕਾਰ ਨੇ ਫਸਲੀ ਵਿਭਿੰਨਤਾ ਦੇ ਤਹਿਤ ਇੱਕ ਸਕੀਮ ਆ ਭਾਰਤ ਸਰਕਾਰ ਦੀ ਉਹਦੇ ਚ ਪੰਜਾਬ ਨੂੰ 300 ਕਰੋੜ ਰੁਪਈਆ ਲਗਭਗ ਬੰਦਾਗਾ 290 99 ਕਰੋੜ ਰੁਪਈਆ ਬੰਦਾ ਔਰ ਸਾਡਾ ਜਿਹੜਾ ਖੇਤੀਬਾੜੀ ਵਿਭਾਗ ਮੈਂ ਸੁੱਤਾ ਹੀ ਰਹਿ ਗਿਆ ਪਤਾ ਨਹੀਂ ਫੀਮ ਖਾ ਖਾਧੀ ਜਾਂ ਕੀ ਪਤਾ ਉਹਨਾਂ ਦੇ ਜੋ ਕੁੰਭ ਕਰਨ ਦੀ ਰੂਹ ਆ ਗਈ ਹੋਵੇ ਵੀ ਯਾਰ 40 ਦਿਨ ਤੋਂ ਹੀ ਸੁੱਤੇ ਰਹੇ ਹੈਗੇ ਉਹ ਕਰਮਾਲ ਦੀ ਗੱਲ ਦੇਖੋ ਕਿ ਜਿਹੜਾ ਸੈਂਟਰ ਤੋਂ ਪੈਸਾ ਆਇਆ ਨਾ ਉਹਨਾਂ ਨੇ ਕੇਂਦਰੀ ਫਸਲੀ ਵਿਭਿੰਨਤਾ ਸਕੀਮ ਤਹਿਤ ਝੋਨੇ ਦੀ ਕਾਸ਼ਤ ਹੇਠ ਬਦਲਵੀਆਂ ਫਸਲਾਂ ਦੀ ਬਜਾਦ ਕਰਨ ਵਾਸਤੇ ਕਿਸਾਨਾਂ ਨੂੰ ਪ੍ਰਤੀ ਹੈਕਟੇਰ ਕਿਲਾ 17500 ਰੁਪਇਆ ਦੇਣਾ ਸੀ ਹੁਣ ਉਹ ਖੇਤੀਬਾੜੀ ਵਿਭਾਗ ਦੇ ਢਿੱਡ ਦੁਖਦਾ ਅਫਸਰਾਂ ਨੂੰ ਕੋਈ ਤਕਲੀਫ ਸੀ ਸੈਂਟਰ ਨੇ ਪੈਸੇ ਦੇਣੇ ਤੇ ਇਹਨਾਂ ਨੂੰ ਤਾਂ ਦੱਸਣਾ ਚਾਹੀਦਾ ਕਿਸਾਨਾਂ ਨੂੰ ਔਰ 10 ਜੂਨ ਨੂੰ ਕੇਂਦਰ ਸਰਕਾਰ ਨੇ ਆਪਣਾ ਸੋਧਿਆ ਪ੍ਰੋਗਰਾਮ ਭੇਜ ਦਿੱਤਾ ਹੈ ਜੁਲਾਈ ਵੀ ਖਤਮ ਹੋ ਗਿਆ 40 ਦਿਨ ਦਾ ਯਾਰ ਕਮਾਲ ਹੋ ਗਈ ਔਰ ਮਹਿਕਮਾ ਸੁੱਤਾ ਰਿਹਾਗਾ ਹੁਣ ਮਹਿਕਮੇ ਵਾਲੇ ਕੀ ਨਖਰੇ ਕੀ ਕਰੇ ਪਖੰਡ ਕੀ ਕਰੇ ਅਸੀਂ ਨਾ ਜੀ ਬਾਹਰ ਸਰਕਾਰ ਨੂੰ ਫੇਰ ਅਪੀਲ ਕਰਾਂਗੇ ਕਿ ਸਾਨੂੰ ਮੌਕਾ ਦਿੱਤਾ ਜਾਵੇ ਜੀ ਕੇਂਦਰ ਤੋਂ ਛੋਟ ਮੰਗਾਗੇ ਉਹਦੇ ਚ ਕੀ ਸੀ ਕਿ 40 ਦਿਨ ਨਿਕਲਣ ਤੋਂ ਬਾਅਦ ਇਸੇ ਸਕੀਮ ਦੀ ਭਾਫ ਨਹੀਂ ਲਗੀ ਧੂਆਂ ਹੀ ਨਹੀਂ ਨਿਕਲਿਆਗਾ ਮਤਲਬ ਤੁਹਾਡੇ ਮੰਤਰੀ ਨੂੰ ਦੱਸਿਆ ਨਹੀਂ ਗਿਆ ਗਰਮੀਤ ਸਿੰਘ ਖੁੱਡੀਆਂ ਸਾਹਿਬ ਨੂੰ ਪਤਾ ਨਹੀਂ ਲੱਗਾ ਸੈਂਟਰ ਦੀ ਸਕੀਮ ਹੈ ਦੱਸਣੀ ਕਿੰਨੇ ਸੀ ਜਿਹੜੀਆਂ ਸੈਂਟਰ ਤੋਂ ਚਿੱਠੀਆਂ ਆਉਂਦੀਆਂ ਨੇ ਸੰਦੀਪ ਉਹ ਨਾ ਦੇ ਮੁੱਖ ਮੰਤਰੀ ਦੇ ਨਾਮ ਤੇ ਆਉਂਦੀਆਂ ਨੇ ਕਿ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੇ ਖੇਤੀਬਾੜੀ ਮਹਿਬ ਨੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ ਨਹੀਂ ਉਹ ਚਿੱਠੀਆਂ ਹੁੰਦੀਆਂ ਡਾਇਰੈਕਟਰ ਦੇ ਨਾਮ ਤੇ ਡਾਇਰੈਕਟੋਰੇਟ ਦੇ ਨਾਮ ਤੇ ਸੈਕਟਰੀ ਦੇ ਨਾਮ ਤੇ ਆਉਂਦੀਆਂ ਚਿੱਠੀਆਂ ਕਿਸੇ ਮੰਤਰੀ ਦੇ ਨਾਮ ਤੇ ਚਿੱਠੀਆਂ ਨਹੀਂ ਆਉਂਦੀ ਹੈਗੀ ਤੇ ਇਹਨਾਂ ਦਾ ਫਰਜ਼ ਕੀ ਬੰਦਾ ਹੈ ਅੱਜ ਕੱਲ ਮੀਲਾਂ ਦੇ ਨਾਲ ਕੰਮ ਚੱਲਦਾ WhatsApp ਤੇ ਕੰਮ ਚੱਲਦਾ ਤੇ ਤੁਸੀਂ ਯਾਰ ਆਪਣੇ ਮੰਤਰੀ ਨੂੰ ਦੱਸਿਆ ਔਰ ਕਿਸਾਨੀ ਖੁਦ ਕਿਸਾਨੀ ਪਰਿਵਾਰ ਹੋਈ ਨਾ ਜਿਹੜੀ ਕਿਸਾਨੀ ਖੇਤੀ ਕਿਨੇ ਕਰਨੀ ਹੈ ਕੁੜੀਆਂ ਸਾਹਿਬ ਨੇ ਹੁਣ ਹੁਣੇ 40 ਦਿਨ ਦਾ ਮਸਲਾ ਔਰ 350 ਕਰੋੜ ਰੁਪਏ ਖੂ ਖਾਤੇ ਇਹ ਹਾਂ ਅਕਸਰਾਂ ਦੀ ਜ਼ਿੰਮੇਵਾਰੀ ਇਹ ਵੀ ਬਣਦੀ ਸੀ ਕਿ ਮੰਤਰੀ ਸਾਹਿਬ ਇੰਨੇ ਕ ਪੈਸੇ ਆਏ ਆ ਹੋਰ ਡਿਮਾਂਡ ਕਰੀਏ ਪੰਜਾਬ ਦੇ ਇੰਨੇ ਪੈਸੇ ਨਾਲ ਸਰਨਾ ਨਹੀਂ ਉਹ ਤਾਂ ਦੂਰ ਦੀ ਗੱਲ ਇਹ ਵੀ ਨਹੀਂ ਦੱਸਿਆ ਜਿਹੜੇ ਆਏ ਆ ਜਿਆਦਾ ਵੀ ਪੈਸੇ ਮੰਗ ਸਕਦੇ ਸੀ ਕਿ ਜੀ ਸਾਨੂੰ ਦੋ ਅਸੀਂ ਹੋਰ ਰਕਬਾ ਕੱਢ ਦਿੰਦੇ ਹੈਗੇ ਬੜੀ ਚਿਰ ਤੋਂ ਯੋਰ ਲੱਗਾ ਕਿ ਜਿਹੜਾ 45 ਲੱਖ ਹੈਕਟੇਰ ਜਿਹੜਾ ਰਕਬਾ ਉਹਦੇ ਵਿੱਚ ਹੌਲੀ ਕੱਢ ਗਏ 20-25 ਤੇ ਲਿਆਉਣਾ ਹੈਗਾ ਪਰ ਨਹੀਂ ਹੋ ਰਿਹਾ ਕਿਉਂਕਿ ਸਰਕਾਰ ਸਰਕਾਰ ਦੀ ਨੀਅਤ ਤਾਂ ਚੰਗੀ ਹੋ ਸਕਦੀ ਹੈ ਪਰ ਅਫਸਰਾ ਦੀ ਨੀਅਤ ਤਾਂ ਮਾੜੀ ਆ ਹੁਣ ਇਹਦੇ ਵਿੱਚ ਘੱਟੋ ਘੱਟ 1200 ਕਰੋੜ ਰੁਪਈਆ ਤੇ ਸੈਂਟਰ ਨੇ ਦੇਣਾ ਹੀ ਯਾਰ 174 ਕਰੋੜ ਤੋਂ ਜ਼ਿਆਦਾ ਸੈਂਟਰ ਨੇ ਦਿੱਤਾ ਤੇ ਉਹਦੇ 'ਚ ਜਿਹੜੀ ਮੈਚਿੰਗ ਗ੍ਰਾਂਟ ਉਹ 100 ਕੀ ਕਰੋੜ ਰੁਪਈਆ ਪੰਜਾਬ ਨੇ ਦੇਣੀ ਪਰ ਨਹੀਂ ਇਹਨਾਂ ਬੇਅਕਲਾ ਅਫਸਰਾ ਕਰਕੇ ਜਾਂ ਜਿਹੜੇ ਸੁੱਤੇ ਰਹਿ ਗਏ ਨੇ ਉਹਨਾਂ ਨੂੰ ਇਹ ਸਕੀਮ ਦਾ ਇਹਨਾਂ ਨੇ ਪਤਾ ਨਹੀਂ ਲੱਗ ਦਿੱਤਾ ਔਰ ਦੇਖੋ ਪੰਜਾਬ ਤੇ ਹਰਿਆਣਾ ਔਰ ਯੂਪੀ ਤਿੰਨ ਸੂਬੇ ਪਾਏ ਪੰਜਾਬ ਨੂੰ ਤੇ ਲਗਭਗ 2.300 ਕਰੋੜ ਦੇ ਆਸ-ਪਾਸ ਦੇ ਰਹੇ ਨੇ ਹਰਿਆਣਾ ਜਿੱਥੇ ਬੀਜੇਪੀ ਦੀ ਸਰਕਾਰ ਔਰ ਜਿੱਥੇ ਇਲੈਕਸ਼ਨ ਲੜੀ ਜਾ ਰਹੀ ਆ ਜੀ ਬੀਜੇਪੀ ਤੀਜੀ ਵਾਰ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਆ ਹੂੰ ਜਿੱਥੇ ਸਰਕਾਰਾਂ ਬਣਾਉਣੀਆਂ ਉਹ ਤੇ ਖੁੱਲੇ ਗੱਫੇ ਦਿੱਤੇ ਜਾਂਦੇ ਨੇ ਪੰਜਾਬ ਨੂੰ ਤੇ 300 ਕਰੋੜ ਦੇ ਆਸ-ਪਾਸ ਤੇ ਹਰਿਆਣੇ ਨੂੰ ਕਿੰਨੇ ਦੇ ਰਿਹਾ ਹੈਗੇ ਨੇ 136 ਕਰੋੜ ਰੁਪਈਆ ਹੋ ਸਕਦਾ ਹੈ ਕਿ ਉਹਨਾਂ ਨੂੰ ਭਾਵੇਂ 300 ਕਰੋੜ ਦੇਣੇ ਉਹਨਾਂ ਨੂੰ ਦੇ ਦਿੰਦੇ ਕਿਉਂਕਿ ਇਲੈਕਸ਼ਨ ਲੜਦੀਆਂ ਜਿਹੜਾ ਵੀ ਕਿਸਾਨ ਨੂੰ 17500 ਏਕੜ ਇਕੱਲਾ ਮਿਲ ਰਿਹਾ ਪ੍ਰਤੀ ਏਕੜ ਪੈਸੇ ਮਿਲੇ ਉਹਨੂੰ ਹੋਰ ਕੀ ਚਾਹੀਦਾ ਉਹ ਤੇ ਉੱਥੇ ਜਿੰਨਾ ਵੀ ਉੱਥੇ ਕਿਸਾਨੀ ਭਾਈਚਾਰਾ ਉਹ ਤੇ ਖੁਸ਼ ਹੋ ਜਾਣਾ ਸੀ ਔਰ ਹਰਿਆਣੇ ਦਾ ਜਿਹੜਾ ਵੋਟਰ ਹਮੇਸ਼ਾ ਸੈਂਟਰ ਦੇ ਨਾਲ ਰਿਹਾ ਹੈਗਾ ਬੀਜੇਪੀ ਨੂੰ ਉੱਥੋਂ ਵੀ ਫਾਇਦਾ ਚੱਕ ਸਕਦੀ ਪੰਜਾਬ ਨੂੰ 300 ਕਰੋੜ ਰੁਪਇਆ ਲਗਭਗ ਉਹਨਾਂ ਨੂੰ 136 ਕਰੋੜ ਰੁਪਇਆ ਤੇ ਯੂਪੀ ਜਿੱਥੇ ਫਿਰ ਬੀਜੇਪੀ ਦੀ ਸਰਕਾਰ ਉਹਨਾਂ ਨੂੰ ਕਰੀਬ 16 ਕਰੋੜ ਰੁਪਇਆ ਦਿੱਤੇ ਜਾਣੇ ਹੁਣ ਪੰਜਾਬ ਦੇ ਹਾਲਾਤ ਦੇਖ ਲਓ ਵੀ ਇਹਨਾਂ ਨੂੰ ਕੀ ਗਈ ਫੜੇਮੂ ਗਈ ਇਹਨਾਂ ਦੇ ਅਫਸਰਾਂ ਦਾ ਹੁਣ ਇਸ ਮਸਲੇ 'ਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਕਹਿ ਰਹੇ ਨੇ ਕੇ ਫਸਲੀ ਵਿਭਿੰਨਤਾ ਸਕੀਮ ਨੂੰ ਲਾਗੂ ਕਰਨ ਵਿੱਚ ਡਾਇਰੈਕਟਰ ਦੀ ਕੁਤਾਹੀ ਸਾਹਮਣੇ ਆਈ ਹੈ ਤੇ ਡਾਇਰੈਕਟਰ ਦੀ ਜਵਾਬ ਤਲਬੀ ਕਰਾਂਗੇ ਵੀ ਜਿਹੜੇ ਯਾਰ ਸਵਾ ਮਹੀਨਾ ਫਾਈਲਾਂ ਦਾ ਪਤਾ ਨਹੀਂ ਲੱਗਾ ਉਹਨੇ ਕਿਉਂ ਨਹੀਂ ਮੰਤਰੀ ਨੂੰ ਦੱਸਿਆ ਹੁਣ ਮੇਰੇ ਲੱਗਦਾ ਇਹੋ ਜੇ ਅਫਸਰਾਂ ਨੂੰ ਤੇ ਲਾ ਦੇਣਾ ਚਾਹੀਦਾ ਕੁਰਸੀ ਤੋਂ ਦੇਖੋ ਕੁਰਸੀ ਜਿਹੜੀ ਹੁੰਦੀ ਨਾ ਉਹ ਬੰਦੇ ਦੇ ਨਾਲ ਬੜੀ ਇੰਪੋਰਟੈਂਟ ਹੁੰਦੀ ਹੈ ਜੇ ਤੇ ਕੁਰਸੀ ਦੇ ਚੰਗਾ ਅਫਸਰ ਬੈਠ ਗਿਆ ਤੇ ਕੁਰਸੀ ਦੀ ਵੈਲਿਊ ਵਧ ਜਾਂਦੀ ਹੈ ਜੇ ਕੋਈ ਮਾੜਾ ਅਫਸਰ ਬੈਠ ਗਿਆ ਤੇ ਕੁਰਸੀ ਦੀ ਵੈਲਿਊ ਘਟ ਜਾਂਦੀ ਹੈ ਗਿਆ ਇਸ ਕਰਕੇ ਖੇਤੀਬਾੜੀ ਸਾਡਾ ਤੇ ਖੇਤੀਬਾੜੀ ਬਿਨਾਂ ਤੇ ਸਾਡਾ ਸਰਨਾ ਨਹੀਂ ਹੈਗਾ ਨਾ ਪੰਜਾਬ ਦਾ ਕਿੱਥੋਂ ਸਾਡਾ ਸਰਜੂਗਾ ਖੇਤੀਬਾੜੀ ਮਸਲੇ ਸਾਡਾ ਹੋਰ ਆ ਮਹਿਕਮਿਆਂ ਤੋਂ ਸਰ ਸਕਦਾ ਪਰ ਇਸ ਮਹਿਕਮੇ ਦੇ ਸਾਡਾ ਤੇ ਖੇਤੀਬਾੜੀ ਦੇ ਨਾਲ ਹੀ ਸਾਡਾ ਪਿੰਡੂ ਜਿਹੜਾ ਅਰਥਚਾਰਾ ਨਾ ਪਿੰਡੂ ਅਰਥਚਾਰੇ ਦੇ ਨਾਲ ਸਾਡਾ ਆਪਸੀ ਭਾਈਚਾਰਾ ਸਾਂਝ ਬਹੁਤ ਜੁੜਿਆ ਆ ਬਦਲੇ ਇੱਕ ਛੋਟੇ ਇੱਕ ਪਿੰਡ ਦੇ ਵਿੱਚ ਇੱਕ ਜੇ ਕਿਸਾਨਾ ਕਿਸਾਨ ਦੇ ਨਾਲ ਖੇਤ ਮਜ਼ਦੂਰ ਹੈ ਛੋਟਾ ਵਪਾਰੀ ਛੋਟਾ ਦੁਕਾਨਦਾਰ ਦੁਕਾਨਦਾਰ ਕਿੰਨੇ ਇੱਕ ਇੱਕ ਪਟਬਰ ਨਾਲ ਕਿੰਨੇ ਜਾਣੇ ਜੁੜ ਜਾਂਦੇ ਹੈਗੇ ਨੇ ਤੇ ਮੈਨੂੰ ਲੱਗਦਾ ਹੈ ਕਿ ਵਿਭਾਗ ਦੇ ਅਫਸਰ ਦੀ ਕੁਤਾਹੀ ਜੇ ਮੰਤਰੀ ਸਾਹਿਬ ਖੁਦ ਮੰਨ ਰਹੇ ਨੇ ਫਿਰ ਇਹ ਜਵਾਬ ਤਲਬੀ ਨਹੀਂ ਹੈ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਚੰਗਾ ਕਾਬਿਲ ਅਫਸਰ ਨੇ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਕੁਰਸੀਆਂ ਤੇ ਕਾਬਿਲ ਅਫਸਰਾਂ ਨੂੰ ਲਾਇਆ ਜਾਵੇ ਜਿਹੜੇ ਕੀਮਤ ਸਮਝਣ ਮੂਲ ਸਮਝਣ ਕਿ ਯਾਰ ਸਾਡੇ ਲੋਕੀ ਤੇ ਤਰਸਦੇ ਹੈਗੇ ਨੇ ਇੱਕ ਪਾਸੇ ਅਸੀਂ ਰੌਲਾ ਪਾ ਰਹੇ ਨੇ ਕਿ ਸੈਂਟਰ ਸਰਕਾਰ ਨੇ ਸਾਡੇ ਫੰਡ ਰੋਕਲੇ ਭੀ 11000 ਕਰੋੜ ਰੁਪਇਆ ਸਾਡਾ ਰੋਕ ਲਿਆ ਜੀ ਸਾਡਾ ਪਿੰਡੂ ਰੂਰਲ ਡਿਵੈਲਪਮੈਂਟ ਫੰਡ ਰੋਕ ਲਿਆ ਸਾਡਾ ਹੈਲਥ ਮਿਸ਼ਨ ਦੇ ਅੱਜ ਵੀ ਸੀਐਮ ਸਾਹਿਬ ਕਹਿ ਰਹੇ 1000 ਕਰੋੜ ਰੁਪਇਆ ਰੋਕ ਲਿਆ ਪਰ ਦੂਜੇ ਪਾਸੇ ਉਹ 300 ਕਰੋੜ ਰੁਪਇਆ ਦੇਣ ਨੂੰ ਦਿੱਤੇ ਨੇ ਤੇ ਤੁਸੀਂ ਉਹ ਤੁਹਾਨੂੰ ਪਤਾ ਨਹੀਂ ਲੱਗਾਗਾ ਮੈਨੂੰ ਲੱਗਦਾ ਇਹੋ ਜੇ ਅਫਸਰਾਂ ਨੂੰ ਕੁਰਸੀਆਂ ਦੇਣ ਦੀ ਲੋੜ ਨਹੀਂ ਆ ਜਿਹੜੇ ਕਾਬਿਲ ਅਫਸਰ ਨਹੀਂ ਉਹਨਾਂ ਨੂੰ ਕੁਰਸੀਆਂ ਦੋ ਔਰ ਹਰ ਇੱਕ ਅਫਸਰ ਦੀ ਜਵਾਬ ਤਲਬੀ ਹੋਈ ਹੁਣ ਇੱਕ ਡਾਇਰੈਕਟਰ ਆ ਡਾਇਰੈਕਟਰ ਆ ਕੇ ਕੀ ਕਰੂਗਾ ਜਨਾਬ ਪਤਾ ਨਹੀਂ ਲੱਗਾ ਹਾਂ ਡਾਇਰੈਕਟਰ ਇਦਾਂ ਕਰੋ ਜੀ ਉਹ ਥੱਲਣ ਦੇ ਥੱਲੇ ਨੂੰ ਸਸਪੈਂਡ ਕਰਵਾ ਦੇਣਗੇ ਜਿਹੜੇ ਵੱਡੇ ਅਫਸਰ ਉਹਨਾਂ ਦਾ ਤਾਂ ਕੋਈ ਉਹ ਕਹਿੰਦੇ ਨੇ ਵਾਲ ਵੀ ਵਿੰਗਾ ਨਹੀਂ ਹੋ ਸਕਦਾ ਉਹ ਇਹ ਤਲਵਾਰ ਕਿਦੀ ਕਿਤੇ ਫਿਰ ਧੌਣ ਕਿਦੀ ਵੱਡੀ ਜਾਂਦੀ ਹੈ ਇਹ ਠੀਕ ਹੈ ਮਲਾਜ਼ਮੀ ਜਾਂ ਉਹਨੂੰ ਕੁਰਸੀ ਤੋਂ ਹਟਾ ਦੇਣਗੇ ਕੋਈ ਹੋਰ ਵਿੰਗ ਦੇ ਦੇਣਗੇ ਪਰ ਮੇਰਾ ਲੱਗਦਾ ਕਿ ਇਸ ਮਸਲੇ ਦੇ ਵਿੱਚ ਜੇ ਸੈਂਟਰ ਸਰਕਾਰ ਨੇ ਫਸਲੀ ਵਿਭਿੰਨਤਾ ਸਕੀਮ ਦੇ ਤਹਿਤ ਪੰਜਾਬ ਨੂੰ ਇਨੇ ਕਰੋੜ ਰੁਪਏ ਦਿੱਤੇ ਹੀ ਜਿਹੜੇ ਖੂਕ ਆਤੇ ਪੈ ਗਏ ਨੇ ਇਹਦੇ ਵਾਸਤੇ ਜਵਾਬ ਤਲਬੀ ਜਿਹੜੀ ਸਜ਼ਾ ਉਹ ਘੱਟ ਘੱਟੋ ਘੱਟ ਪੰਜਾਬ ਦੇ ਵਿੱਚ ਹਰ ਮੈਕਮਾ ਆਪਣੇ ਆਪ ਚ ਇੱਕ ਮਹੱਤਵਪੂਰਨ ਤੇ ਜੇ ਸੈਂਟਰ ਦੇ ਨਾਲ ਤੁਹਾਡਾ ਸੰਪਰਕ ਨਹੀਂ ਆ ਜਾਂ ਤੁਹਾਡੇ ਆਪਣੇ ਮੰਤਰੀ ਦੇ ਨਾਲ ਸੰਪਰਕ ਨਹੀਂ ਆ ਤੇ ਘੱਟੋ ਘੜ ਇਹੋ ਜੇ ਡਾਇਰੈਕਟਰਾਂ ਨੂੰ ਜਾਂ ਸੈਕਟਰੀਆਂ ਨੂੰ ਬਦਲ ਦੇਣਾ ਚਾਹੀਦਾ ਪੰਜਾਬ ਦੇ ਵਿੱਚ ਕੋਈ ਅਫਸਰਾਂ ਦੀ ਘਾਟ ਨਹੀਂ ਔਰ ਮੈਨੂੰ ਲੱਗਦਾ ਕਿ ਖੁੱਡਿੰਗਾ ਸਾਹਿਬ ਨੇ ਤੇ ਨੋਟਿਸ ਲਿਆ ਭਗਵੰਤ ਮਾਨ ਸਾਹਿਬ ਨੂੰ ਵੀ ਨੋਟਿਸ ਲੈਣਾ ਚਾਹੀਦਾ ਔਰ ਤੀਜਾ ਮਸਲਾ ਆ ਗਿਆ ਵੈਸੇ ਖੇਤੀਬਾੜੀ ਵਿਭਾਗ ਦੇ ਨਾਲ ਸੰਬੰਧ ਰੱਖਣ ਵਾਲਾ ਇੱਕ ਤੇ ਆਇਆ ਸੀ ਡੀਏਵੀਪੀ ਖਾਦ ਮਾੜੀ ਕੀਟਨਾਸ਼ਕ ਦਵਾਈਆਂ ਸੈਂਪਲ 60% ਦੇ ਸੈਂਪਲ ਫੇਲ ਹੋ ਗਏ ਨੇ ਉਹਦੇ 'ਚ ਵੀ ਖੇਤੀਬਾੜੀ ਵਿਭਾਗ ਜ਼ਿੰਮੇਵਾਰ ਤੇ ਮਾਰਕਫੈਡ ਜ਼ਿੰਮੇਵਾਰ ਉਹ ਵੀ ਕਾਰਨ ਨਹੀਂ ਹੋਈ ਫਿਰ ਉਹ ਪਿੱਛੇ ਜੇ ਕਿਹੜੀ ਸੁੰਡੀ ਆ ਗਈ گلابی ਸੁੰਡੀ ਉਹ ਵੀ ਵਜ੍ਹਾ ਹੋਗੀ ਇੱਕ ਆ ਤੀਜਾ ਮਸਲਾ ਹੋ ਗਿਆ ਇਹਦੇ ਮਾਰੇ ਫਿਰ ਪੰਜ ਮੈਕਮਾ ਜਿਹੜਾ ਵਾ ਮੈਕਮੇ ਦੇ ਜਿਹੜੇ ਅਧਿਕਾਰੀ ਨਾ ਉਹ ਪੰਜਾਬ ਪ੍ਰਤੀ ਤੇ ਆਪਣੀ ਕੁਰਸੀ ਪ੍ਰਤੀ ਗੰਭੀਰ ਨਹੀਂ ਆਗਾ ਤੇ ਜਿਹੜਾ ਕੋਈ ਅਫਸਰ ਜਾਂ ਕੋਈ ਐਮ ਐਲ ਏ ਗੰਭੀਰ ਨਹੀਂ ਆ ਉਹਨਾਂ ਨੂੰ ਫਿਰ ਇਹੋ ਜੇ ਮੌਕੇ ਵੀ ਨਹੀਂ ਦੇਣੇ ਚਾਹੀਦੇ ਜੀ ਕਿ ਤੀਜਾ ਮਸਲਾ ਹੈ ਕਿ ਪੰਜਾਬ ਦੇ ਨਵੇਂ ਰਾਜਪਾਲ ਮਿਲ ਗਿਆ ਨਾਮ ਸਾਰੇ ਜਾਣ ਚੁੱਕੇ ਐ ਉਹ ਕਿਵੇਂ ਆਏ ਕਿੱਥੋਂ ਆਏ ਕਿੰਨੀ ਉਹਨਾਂ ਦੀ ਲੰਮੀ ਸਿਆਸਤ ਹੈ ਕਈ ਵਾਰੀ ਉਹ ਵੀ ਖੁਦ ਚੋਣ ਲੜ ਚੁੱਕੇ ਹੁਣ ਗਵਰਨਰ ਬਣੇ ਐ ਹੁਣ ਪੁਰਾਣੇ ਤੇ ਨਵੇਂ ਗਵਰਨਰ ਨੂੰ ਲੈ ਕੇ ਮੁੱਖ ਮੰਤਰੀ ਨੇ ਆਪਣੇ ਅੱਜ ਵਿਚਾਰ ਵੀ ਰੱਖੇ ਐ ਉਸ ਇੱਕ মিডিਆ ਕਾਨਫਰੰਸ ਦੇ ਵਿੱਚ ਉਹਨਾਂ ਨੇ ਗੱਲਾਂ ਕਹੀਆਂ ਨਵਿਆਂ ਦੇ ਬਾਰੇ ਕਿਹਾ ਕਿ ਮੇਰੀ ਫੋਨ ਤੇ ਗੱਲਬਾਤ ਹੋਈ ਐ ਸਵਾਗਤ ਕਰਾਂਗੇ ਅੱਖਾਂ ਵਿਸ਼ਾ ਕੇ ਪਲਕਾਂ ਵਿਸ਼ਾ ਕੇ ਸਵਾਗਤ ਹੋਏਗਾ ਰਲ ਕੇ ਚੱਲਾਂਗੇ ਪਰ ਪੁਰਾਣੇ ਦੇ ਬਾਰੇ ਵੀ ਕਹਿ ਗਏ ਕਹਿੰਦੇ ਮੈਂ ਤਾਂ ਹਮੇਸ਼ਾ ਸਤਕਾਰ ਕਰਦਾ ਰਿਹਾ ਮੇਰਾ ਕੋਈ ਨਿੱਜੀ ਮਸਲਾ ਥੋੜਾ ਸੀ ਉਹਨਾਂ ਨਾਲ ਦੇਖੋ ਸਿੰਧh ਸਭ ਤੋਂ ਵੱਡੀ ਗੱਲ ਐ ਕਿ ਬਨਵਾਰੀ لال ਪ੍ਰੋਸਾਹਬ ਔਰ ਮੁੱਖ ਮੰਤਰੀ ਭਗਵਤ ਮਾਨ ਦਾ ਜਿੰਨਾ ਵੀ ਵਿਵਾਦ ਰਿਆ 36 ਦਾ ਅੰਕੜਾ ਰਿਆ ਔਰ ਦੋਨਾਂ ਜਾਨੇ ਨੇ ਆਪਣੀ એનਰਜੀ ਵੇਸਟ ਕੀਤੀ ਆ ਪ੍ਰਸ਼ਾਸਨਿਕ ਕੰਮਾਂ ਦੇ ਵਿੱਚ ਦਖਲ ਪੰਜਾਬ ਦਾ ਨੁਕਸਾਨ ਹੋਇਆ ਹੁਣ ਚਲੋ ਰਾਤ ਗਈ ਬਾਤ ਗਈ ਬਨਵਾਰੀ لال ਪ੍ਰੋਸਾਹਬ ਨੇ ਅਸਤੀਫਾ ਦਿੱਤਾ ਉਹਨਾਂ ਦਾ ਪ੍ਰਵਾਨ ਕਰ ਲਿਆ ਕਿਉਂਕਿ ਉਹਨਾਂ ਨੇ ਅਸਤੀਫਾ ਦਿੱਤਾ ਸੀ ਵੈਸੇ ਅਸਤੀਫਾ ਤੇ ਉਹਨਾਂ ਨੇ ਉਸ ਦਿਨ ਦਿੱਤਾ ਸੀ ਜਿੱਦਣ ਸੁਪਰੀਮ ਕੋਰਟ ਨੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਝਾੜ-ਛੰਬ ਕੀਤੀ ਜਿੱਦਣ ਇਹਨਾਂ ਨੇ ਲੋਕਤੰਤਰ ਲੁੱਟੀ ਆ ਲੋਕਤੰਤਰ ਕੁੱਟੀ ਸੀ ਜਦੋਂ ਇਹਨਾਂ ਦੇ ਅਨਵਰ ਮਸੀਹ ਹੋਣਾ ਨੇ ਕਿਵੇਂ ਬੈਲਟ ਪੇਪਰਾਂ ਦੇ ਨਾਲ ਹੇਰਾਫੇਰੀ ਕੀਤੀ ਤੇ ਕਿਵੇਂ ਮੇਅਰ ਦੀ ਇਲੈਕਸ਼ਨ ਜਿੱਤੀ ਸੀ ਔਰ ਧੱਕੇ ਨਾਲ ਆਪਣਾ ਮੇਅਰ ਬਣਾਇਆ ਸੀ ਸੁਪਰੀਮ ਕੋਰਟ ਨੇ ਵੀ ਫਿਰ ਚਪੀੜ ਮਾਰੀ ਹੈ ਨਾ ਉਦੋਂ ਕਿਉਂਕਿ ਜਿਹੜਾ ਪੰਜਾਬ ਦਾ ਰਾਜਪਾਲ ਉਹ ਚੰਡੀਗੜ੍ਹ ਪ੍ਰਸ਼ਾਸਨ ਦਾ ਪ੍ਰਸ਼ਾਸਕ ਹੁੰਦਾ ਐ ਐਡਮਿਨਿਸਟ੍ਰੇਟਰ ਹੁੰਦਾ ਸਮਝ ਲਓ ਕਿ ਚੰਡੀਗੜ੍ਹ ਦੇ ਉਹ ਮੁੱਖ ਮੰਤਰੀ ਸੀ ਬਨਵਾਰੀ ਲਾਲ ਪ੍ਰੋਸ ਸਾਹਿਬ ਚੰਡੀਗੜ੍ਹ ਦੇ ਵਿੱਚ ਬੀਜੇਪੀ ਦੇ ਤਿੰਨ ਚਾਰ ਧੜੇ ਸੀ ਉਹ ਧੜਿਆਂ ਕਰਕੇ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਦੀ ਲਾਹਤਤ ਹੋਈ ਆ ਅਸਤੀਫਾ ਉਦੋਂ ਉਹਨਾਂ ਨੇ ਦਿੱਤਾ ਇਹ ਪਤਾ ਨਹੀਂ ਕਿ ਭਗਵੰਤ ਮਾਨ ਸਾਹਿਬ ਦੇ ਨਾਲ ਬਨਵਾਰੀ ਲਾਲ ਪ੍ਰੋਸ ਸਾਹਿਬ ਨੇ ਕਿਵੇਂ ਜੋੜ ਲਿਆ ਹੁਣ ਉਹ ਚਲੋ ਚਲੇਗੇ ਨੇ 31 ਤਰੀਕ ਨੂੰ ਸਾਡੇ ਨਵੇਂ ਗਵਰਨਰ ਆ ਜਾਣੇ ਪੰਜਾਬ ਦੇ ਗੁਲਾਬ ਚੰਦ ਕਟਾਰੀਆ ਸਾਹਿਬ ਜਿਹੜਾ ਬਹੁਤ ਹੀ ਬਨਵਾਰੀ لال פרוਜ ਸਾਹਿਬ ਨਾਲੋਂ ਵੀ ਜ਼ਿਆਦਾ ਤਜਰਬਾ ਰੱਖਦੇ ਨੇ 1977 ਜੇ ਪਹਿਲੀ ਇਲੈਕਸ਼ਨ ਲੜੀ ਜਦੋਂ ਇੰਡੀਆ ਦੇ ਵਿੱਚ ਜਨਤਾ ਲਹਿਰ ਮੂਵਮੈਂਟ ਆਈ ਸੀ ਉਸ ਜਨਤਾ ਲਹਿਰ ਮੂਵਮੈਂਟ ਨੇ ਇੰਦਰਾ ਗਾਂਧੀ ਨੂੰ ਹਰਾ ਦਿੱਤਾ ਸੀ ਹਾਲਾਂਕਿ ਬਾਅਦ ਚ ਸਰਕਾਰ ਨਹੀਂ ਚੱਲੀ ਉਹ ਨੇਚਰ ਜੇਪੀ ਜਗਤ ਜੇਪੀ ਜੋ ਵੀ ਜੇਪੀ ਮੂਵਮੈਂਟ ਚੱਲੀ ਸੀ ਨਾ ਉਹ ਨੂੰ ਸੋਸਾ 77 ਚ ਉਦੇਪੁਰ ਤੋਂ ਪਹਿਲੀ ਵਾਰ ਐਮਐਲਏ ਬਣਦੇ ਨੇ 11 ਇਲੈਕਸ਼ਨਾਂ ਲੜੀਆਂ ਨੇ ਜਿਦੇ ਚੋਂ ਉਹਨਾਂ ਨੇ ਵੱਡੀ ਪੱਧਰ ਤੇ 8 ਵਾਰਾਂ ਦੇ ਤੇ ਐਮਐਲਏ ਨੇ 2 ਵਾਰ ਲੋਕ ਸਭਾ ਮੈਂਬਰ ਰਹੇ ਆਗੇ ਨੇ 4 ਦਫਾ ਰਾਜਸਥਾਨ ਦੇ ਮਨਿਸਟਰ ਰਹੇ ਨੇ ਐਜੂਕੇਸ਼ਨ ਮਨਿਸਟਰ ਲੋਕਲ ਬਾਡੀ ਮਨਿਸਟਰ ਗ੍ਰਹਿ ਮੰਤਰੀ ਫਿਰ ਪੀਡਬਲਯੂਡੀ ਮਨਿਸਟਰ 4 ਤੇ ਫਿਰ ਲੀਡਰ ਆਫ ਆਪੋਜੀਸ਼ਨ ਰਹੇ ਨੇ 12 13 ਕਮੇਟੀਆਂ ਚ ਰਹੇ ਨੇ ਸੈਂਟਰ ਦੇ ਵਿੱਚ ਐਮਪੀ ਰਹੇ ਨੇ ਬੀਜਪੀ ਦੇ ਸੂਬਾ ਪ੍ਰਧਾਨ ਰਹੇ ਨੇ ਜੁਵਾ ਮੋਰਚਾ ਤੋਂ ਉਹਨਾਂ ਨੇ ਆਪਣਾ ਸ਼ੁਰੂਆਤੀ ਸਫ਼ਰ ਸ਼ੁਰੂ ਕੀਤਾ ਇੱਕ ਟੀਚਰ ਰਹੇ ਨੇ ਸਕੂਲ ਟੀਚਰ ਰਹੇ ਨੇ ਤਜਰਬਾ ਤਗੜਾ ਹੋਰ ਅਸਮ ਦੇ ਰਾਜਪਾਲ ਦਾ ਤਜਰਬਾ ਹੈ ਹੁਣ ਉਮੀਦ ਇਹ ਹੀ ਕੀਤੀ ਜਾਣੀ ਚਾਹੀਦੀ ਹੈ ਕਿ ਨਵੇਂ ਗਵਰਨਰ ਆ ਗਏ ਨੇ ਤੇ ਨਵੀਂ ਰੋਤ ਆ ਗਈ ਪੰਜਾਬ ਦੇ ਵਿੱਚ ਔਰ ਨਵੀ ਰੋਤਾਊਗੀ ਤੇ ਗਵਰਨਰ ਸਾਹਿਬ ਦੀ ਸਿਹਤ ਵੀ ਠੀਕ ਰਹੇਗੀ ਪੰਜਾਬ ਦੀ ਸਿਹਤ ਠੀਕ ਰਹੇ ਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਵੀ ਸਿਹਤ ਠੀਕ ਰਹੇਗੀ ਕਿਉਂਕਿ ਇੱਕ ਗਵਰਨਰ ਦਾ ਔਰ ਇੱਕ ਮੁੱਖ ਮੰਤਰੀ ਦਾ ਜਿਹੜਾ ਆਪਸੀ ਪੇਚਾ ਨਾ ਉਹ ਨੁਕਸਾਨ ਕਰਦਾ ਹੈਗਾ ਕਿਉਂਕਿ ਸਾਡੇ ਕੋਲ ਪਹਿਲਾਂ ਕਿੰਨੇ ਜਾਨੇ ਹੈਗੇ ਨੇ ਉਦਾਹਰਨ ਬੰਗਾਲ ਮਹਾਰਾਸ਼ਟਰ ਉੜੀਸਾ ਕਰਨਾਟਕਾ ਕੇਰਲਾ ਤਾਮਿਲਨਾਡੂ ਕਿੰਨਾ ਵਿਵਾਦ ਉੱਠਿਆ ਹੈਗਾ ਨਾ ਉਹ ਨਿਕਸਣ ਗਿਆ ਹੁਣ ਪਿੱਛੇ ਦੇ ਕਾਲੀ ਬੰਗਾਲ ਔਰ ਕੇਰਲਾ ਦੇ ਰਾਜਪਾਲ ਦੇ ਸਖਤਰਾਂ ਨੂੰ ਸੁਪਰੀਮ ਕੋਰਟ ਨੇ ਤਲਬ ਕੀਤਾ ਕਿਉਂਕਿ ਰਾਜਪਾਲ ਜਿਹੜੇ ਬੀਜੇਪੀ ਵੱਲੋਂ ਲਾਏ ਹੋਏ ਨਾ ਜੀ ਉਹਨਾਂ ਨੇ ਬਹੁਤ ਜ਼ਿਆਦਾ ਉੱਥੇ ਸਰਕਾਰਾਂ ਦੀ ਨੱਕ 'ਚ ਦਮ ਦਿੱਤਾ ਜਿੱਥੇ ਬੀਜੇਪੀ ਦੀ ਗੈਰ ਬੀਜੇਪੀ ਸਰਕਾਰਾਂ ਨੇ ਉਹ ਦਿੱਲੀ ਹੋ ਗਿਆ ਦਿੱਲੀ ਦਿੱਲੀ ਵੀ ਵੀ ਕੇ ਸਿਕਸ ਹੈ ਨਾ ਉਸ ਤੋਂ ਪਹਿਲਾਂ ਨਸੀਬ ਚੰਦ ਹੁੰਦੇ ਉਹਨਾਂ ਨੇ ਵੀ ਦਿੱਲੀ ਸਰਕਾਰ ਦੀ ਨੱਕ 'ਚ ਦਮ ਰੱਖਿਆ ਔਰ ਪੰਜਾਬ ਦੇ ਵਿੱਚ ਵੀ ਹਲਾਲ ਸੀ ਕਿ ਜਿੱਥੇ ਪੰਜਾਬ ਦੇ ਸੀਐਮ ਸਾਹਿਬ ਦੇ ਨਾਲ ਡੀਜੀਪੀ ਜਾਂ ਚੀਫ ਸੈਕਟਰੀ ਕਿਸੇ ਮੀਟਿੰਗਾਂ 'ਚ ਉਹ ਗਵਰਨਰ ਦੇ ਨਾਲ ਬੈਠੇ ਹੁੰਦੇ ਮਤਲਬ ਜਦੋਂ ਡੀਜੀਪੀ ਚੀਫ ਸੈਕਟਰੀ ਜਾਂਦਾ ਹੈਗਾ ਤੇ ਕਈ ਅਫਸਰ ਦੇ ਨੰਬਰ ਬਣਾਉਣ ਦੀ ਖਾਤਰ ਵੀ ਚਲੇ ਜਾਂਦੇ ਨੇ ਕਿ ਡੀਜੀਪੀ ਆ ਗਏ ਨੇ ਫਿਰ ਸਾਰੇ ਸਲੂਟ ਮਾਰ ਚਲੇ ਜਾਂਦੇ ਚੀਫ ਸੈਕਟਰੀ ਆ ਗਏ ਸਾਰੇ ਏਡੀਸੀ ਡੀਸੀ ਐਸਜੀਪੀ ਚਲੇ ਜਾਂਦੇ ਹੈਗੇ ਨਾ ਜੀ ਉਹ ਇੱਕ ਪ੍ਰੋਟੋਕਾਲ ਹੀ ਵੀ ਹੈਗਾ ਔਰ ਕਈ ਅਫਸਰਾਂ ਨੂੰ ਨੰਬਰ ਬਣਾਉਣ ਦੀ ਖਾਤਰ ਵੀ ਅੱਜਕੱਲ ਤੇ ਕਿਉਂਕਿ ਪੁਲਿਸ ਦੀ ਗੱਲ ਕਰ ਲੋ ਪੁਲਿਸਿੰਗ ਘੱਟ ਹੋ ਰਹੀ ਆ ਪਾਲਿਸ਼ਿੰਗ ਜ਼ਿਆਦਾ ਹੋ ਰਹੀ ਆ ਅਜਿਹੀ ਸਥਿਤੀ ਦੇ ਵਿੱਚ ਹ ਜਿਹੜਾ ਪਿੱਛੇ ਕੁਝ ਹੋ ਗਿਆ ਉਹ ਨਹੀਂ ਹੋਣਾ ਚਾਹੀਦਾ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਕਿ ਹੁਣ ਤੁਹਾਡੀ ਪ੍ਰਾਣੇ ਨਾ ਦੇ ਨਹੀਂ ਬਣੀ ਨਵੇਂ ਨਾ ਬਣਾਉਣੀ ਚਾਹੀਦੀ ਹੈਗੀ ਤੁਹਾਨੂੰ ਕਿਉਂਕਿ ਇੱਕ ਪ੍ਰੋਟੋਕਾਲ ਔਰ ਗਵਰਨਰ ਨੂੰ ਤੁਸੀਂ ਜਾ ਕੇ ਕਦੀ ਤੇ ਆਪ ਚਾਹ ਦਾ ਕੱਪ ਪੀ ਲੋ ਕਦੀ ਉਹਨਾਂ ਨੂੰ ਬੁਲਾ ਲਓ ਨਾ ਇੱਕ ਆਪਸੀ ਤਾਲਮਿਲ ਹੁੰਦਾ ਔਰ ਬਹੁਤ ਸਾਰੇ ਤਜਰਬਾ ਇੱਕ ਦੂਜੇ ਤੋਂ ਸਿੱਖਣ ਤੋਂ ਮਿਲਦਾ ਹੈਗਾ ਨਾ ਔਰ ਫਿਰ ਪੰਜਾਬ ਬਵਾਸੇ ਚੰਗਾ ਰਹੇਗਾ ਕਿਉਂਕਿ ਹੁਣ ਦੇਖਦੇ ਆ ਕਿ ਇਹ ਜਿਹੜੇ ਰਾਜਪਾਲ ਸਾਹਿਬ ਆਉਣਗੇ ਇਹਨਾਂ ਨੂੰ ਤੇ ਨਹੀਂ ਕਿਤੇ ਇਸ਼ਕ ਹੋ ਜਾਊਗਾ ਦੌਰਿਆਂ ਦਾ ਸਰਦੀ ਦੌਰਿਆਂ ਜ਼ਿਲ੍ਹਿਆਂ ਦਾ ਕਰਨ ਦਾ ਜਾਂ ਚਿੱਠੀਆਂ ਲਿਖਣ ਦਾ ਨਾ ਉਹ ਉਹ ਤੇ ਨਹੀਂ ਕਿਤੇ ਹੋਏਗਾ ਅਸਮ ਦੇ ਵਿੱਚ ਉਹ ਜਿਹੜੇ ਬਤੌਰ ਹਲੇ ਤੱਕ ਉਹਨਾਂ ਦੇ ਖਬਰਾਂ ਸਰਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕੁਝ ਅਜੀਹਾ ਵਿਵਾਦ ਨਹੀਂ ਨਿਕਲਿਆ ਹੈਗਾ ਕਿ ਜਿਹੜਾ ਉੱਥੋਂ ਦੀ ਅਸਮ ਦੀ ਸਰਕਾਰ ਨੂੰ ਜਾਂ ਸਰਕਾਰ ਨੇ ਉਹਨਾਂ ਨੂੰ ਜਾਂ ਉਹਨਾਂ ਨੇ ਸਰਕਾਰ ਨੂੰ ਤੰਗ ਕੀਤਾ ਕਿਉਂਕਿ ਇੱਥੇ ਤੇ ਗਵਰਨਰ ਸਾਹਿਬ ਦੇ 12 ਪਿੱਛੇ ਪਏ ਸਪੈਸ਼ਲ ਸੈਸ਼ਨ ਬੁਲਾਉਣ ਦਾ ਰੌਲਾ ਜਾਜ ਦਾ ਰੌਲਾ ਐਸਐਸਪੀ ਨੂੰ ਬਦਲਣਾ ਫਿਰ ਬਿਲਚਾਰ ਬਿਲ ਰੋਕੇਗੇ ਨੇ ਵਾਈਸ ਚਾਂਸਲ ਹਟਾਉਣੇ ਪਏ ਵਾਈਸ ਚਾਂਸਲਾਂ ਦੀਆਂ ਨਿਯੁਕਤੀਆਂ ਨੂੰ ਲੈ ਕੇ ਡਰੱਗਜ਼ ਨੂੰ ਲੈ ਕੇ ਦੌਰਿਆਂ ਨੂੰ ਲੈ ਕੇ ਫਿਰ ਬਹੁਤ ਸਾਰੇ 10 12 ਬਵਾਦ ਸੀ ਹੁਣ ਦੇਖਦੇ ਆ ਕਿ ਨਵੇਂ ਗੁਲਾਬ ਚੰਦ ਕਟਾਰੀਆ ਸਾਹਿਬ ਜਿਹੜੇ ਰਾਜਸਥਾਨ ਦੇ ਜੰਮੇਪਲੇ ਕਰੀਬ 80 ਸਾਲ ਉਹਨਾਂ ਦੀ ਉਮਰ ਆ ਉਹ 31 ਤਰੀਕ ਨੂੰ ਉਹਨਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੇ ਸੌਂਚ ਕਾ ਦੇਣੀ ਆ ਔਰ ਉਸ ਤੋਂ 31 ਤਰੀਕ ਨੂੰ ਮੈਨੂੰ ਲੱਗਦਾ ਹੈ ਕਿ ਪੰਜਾਬ ਦੀ ਇੱਕ ਨਵੀਂ ਰੋਤਾਈ ਆ ਉਸ ਰੋਤ ਨੂੰ ਸੰਭਾਲਣ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਦੀ ਵੀ ਓਡੀ ਵੱਡੀ ਭੂਮੀ ਜ਼ਿੰਮੇਵਾਰੀ ਆ ਔਰ ਗੁਲਾਬ ਚੰਦ ਕਟਾਰੀਆ ਸਾਹਿਬ ਦੀ ਵੀ ਵੱਡੀ ਜ਼ਿੰਮੇਵਾਰੀ ਕਿਉਂਕਿ ਇਹ ਜਿਹੜਾ ਨੁਕਸਾਨ ਬਨਵਾਰੀ لال ਪ੍ਰੋਸਪ ਸਾਹਿਬ ਦਾ ਨਹੀਂ ਹੋਇਆ ਕਿਉਂਕਿ ਉਹ ਗਵਰਨਰ ਰਹਿ ਗਏ ਨੇ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਜੇ ਫਿਰ ਨਵੇਂ ਗਵਰਨਰ ਦਾ ਪੰਗਾ ਪੈ ਗਿਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਬੀਜੇਪੀ ਦੀ ਸਰਕਾਰ ਅੱਜ ਇੱਥੇ ਨਹੀਂ ਕਿਤੇ ਹੋਰ ਐਡਜਸਟ ਕਰ ਦੇਣਗੇ ਪੰਜਾਬ ਦਾ ਆਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਨੁਕਸਾਨ ਹੁੰਦਾ ਉਹ ਨੁਕਸਾਨ ਨਹੀਂ ਹੋਣਾ ਚਾਹੀਦਾ ਔਰ ਉਹ ਵੀ ਤਜਰਬੇਕਾਰ ਨੇ ਸੀਐਮ ਸਾਹਿਬ ਵੀ ਤਜਰਬੇਕਾਰ ਹੈ ਜੋ ਤਜਰਬੇਕਾਰ ਦੋ ਬੰਦੇ ਬੈਠੇ ਹੋਣ ਉਦੋਂ ਸਗੋਂ ਚੰਗੇ ਰਿਜ਼ਲਟ ਦੀ ਆਸ ਹੁੰਦੀ ਆ ਪਰ ਜੇ ਆਪਸ ਦੇ ਵਿੱਚ ਫੇਰ ਵਿਗੜ ਗਈ ਹੈਗੀ ਆ ਤੇ ਫਿਰ ਮੈਨੂੰ ਲੱਗਦਾ ਫਿਰ ਪੰਜਾਬ ਦਾ ਨਿਕਸਾੜ ਹੋਊਗਾ ਚਲੋ ਫਿਲਹਾਲ ਤੇ ਸਾਨੂੰ ਉਮੀਦ ਕਰਨੀ ਚਾਹੀਦੀ ਔਰ ਅੱਜ ਜਿਵੇਂ ਉਹਨਾਂ ਨੇ ਕਰਸੀ ਕਾਲ ਕੀਤੀ ਆ ਇਹ ਟੈਲੀਫੋਨ ਤੇ ਜੀ ਆਇਆਂ ਵੀ ਕਹਿਤਾ ਵਧਾਈਆਂ ਵੀ ਕਹਿਤੀਆਂ ਔਰ ਕਹਿ ਰਹੇ ਕਿ ਅੱਖਾਂ ਵਿਸਾ ਕੇ ਅਸੀਂ ਉਡੀਕ ਕਰ ਰਹੇ ਆ ਤੇ ਉਹ ਚੰਗੀ ਗੱਲ ਹੈ ਤੇ ਚੰਗਾ ਰਹੂਗਾ ਪੰਜਾਬ ਠੀਕ ਰਹੇਗਾ ਔਰ ਦੂਜਾ ਜਿਹੜੇ ਚਲੇਗੇ ਨੇ ਬਨਵਾਰੀ ਲਾਲਪੁਰੋ ਸਾਹਿਬ ਕਿ ਮੈਂ ਉਹਨਾਂ ਦੇ ਮੱਥਾ ਵੀ ਟੇਕਦਾ ਪੈਰੀ ਹੱਥ ਲਾਉਂਦਾ ਰਿਹਾ ਤੇ ਉਹ ਹਾਲਾਂਕਿ ਇੱਕ ਚੀਫ ਮਨਿਸਟਰ ਜਦੋਂ ਇੱਕ ਹੁੰਦੇ ਨੇ ਉਹ ਇੱਕ ਉਹਨਾਂ ਦਾ ਇੱਕ ਆਪਣਾ ਰਤਬਾ ਹੁੰਦਾ ਹੈ ਕਿ ਐਦਾਂ ਨਹੀਂ ਟੇਕੇ ਜਾਂਦੇ ਕਿ ਪਹਿਲਾਂ ਤੇ ਬਹੁਤ ਕੁਝ ਦੇਖਿਆ ਜਾਂਦਾ ਸੀ ਲੇਕਿਨ ਅੱਜਕੱਲ ਇਹ ਜਿਹੜੀਆਂ ਹੁੰਦੀਆਂ ਸੀ ਪਿਰਤਾਂ ਜੀਆਂ ਟੁੱਟ ਚੁੱਕੀਆਂ ਨੇ ਨਵੀਆਂ ਪਿਰਤਾਂ ਪੈ ਗਈਆਂ ਤੁਹਾਨੂੰ ਯਾਦ ਹੋਵੇਗਾ ਫੋਟੋ ਬੜੀ ਵਾਇਰਲ ਹੋਈ ਸੀ ਬਤੌਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਵੀ ਪੈਰੀਆਤ ਲਾਇਜ਼ੇ ਹਾਲਾਂਕਿ ਇੱਕ ਅਹੁਦੇ ਦੀ ਅਗਰ ਗੱਲ ਕੀਤੀ ਜਾਵੇ ਤਾਂ ਪ੍ਰਧਾਨ ਮੰਤਰੀ ਦਾ ਅਹੁਦਾ ਬਹੁਤ ਵੱਡਾ ਹੁਣ ਇਥੇ ਸਟੇਟ ਸੀਐਮ ਇੱਕ ਆਪ ਨੇ ਆਪ ਚ ਬਹੁਤ ਵੱਡਾ ਹੁੰਦਾ ਫਿਰ ਵੀ ਜਿਹੜਾ ਪਿੱਛੇ ਜੇ 26 ਜਨਵਰੀ ਦਾ ਪ੍ਰੋਗਰਾਮ ਸੀ ਭਗਵੰਤ ਸਿੰਘ ਸਾਹਿਬ ਉਹਨਾਂ ਨੇ ਪਹਿਲੀ ਹੱਥੋਂ ਲਾਏ ਵੀ ਜੱਫੀ ਵੀ ਪਾਈ ਸੀ ਉਮੀਦ ਕਰਦੇ ਕਿ ਜਿਹੜੇ ਨਵੇਂ ਗੁਲਾਬ ਚੰਦ ਘਟਾਰੀਆ ਸਾਹਿਬ ਆਉਣਗੇ 31 ਤਰੀਕ ਨੂੰ ਉਸ ਤੋਂ ਬਾਅਦ ਪੰਜਾਬ ਦੇ ਗਵਰਨਰ ਤੇ ਮੁੱਖ ਮੰਤਰੀ ਦੇ ਵਿਚਕਾਰ ਰੀਡ ਘਰ ਨਹੀਂ ਪਵੇਗਾ ਜਿਵੇਂ ਬਿਮਾਰੀ لال ਪੁਰੋਸ ਸਾਹਿਬ ਦੇ ਨਾਲ ਪਿਆ ਸੀ ਜੀ ਬਹੁਤ ਪ੍ਰੋਗਰਾਮ 16 ਨੇ ਸਾਚ ਦੇ ਵਿੱਚ ਇਹਨਾਂ ਦੋ ਤਿੰਨ ਅਹਿਮ ਮਸਲਿਆਂ ਤੇ ਸੀ ਗੱਲਬਾਤ ਕੀਤੀ ਹੈ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ